ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਗਤਾਰ ਅੱਜ ਅਸੀਂ ਗੱਲਬਾਤ ਕਰਾਂਗੇ ਮੰਗਲ ਹਠੂਰ ਹੁਣਾ ਦੇ ਨਾਲ ਪੰਜਾਬੀ ਪੋਡਕਾਸਟ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜਿੰਨਾ ਵੀ ਹੋ ਸਕਦਾ ਸ਼ੇਅਰ ਕਰੋ ਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੋਡਕਾਸਟ ਸਤਿ ਸ੍ਰੀ ਅਕਾਲ ਮੰਗਲ ਜੀ ਸਤਿ ਸ੍ਰੀ ਅਕਾਲ ਜੀ ਪਾਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਇੱਥੇ ਜੀ ਇੱਕ ਸਾਡੇ ਨਾ ਪ੍ਰੋਗਰਾਮ ਆ ਸੈਟਰਡੇ ਨਾਈਟ ਲਾਈਵ ਐਸ ਐਨ ਐਲ 40 ਸਾਲ ਹੋ ਗਿਆ ਜੀ ਉਹਨੂੰ ਚਾਲਦੇ ਇਹਨੂੰ ਅੱਛਾ ਜੀ ਉਹਨਾਂ ਕੋਲ ਨਾ ਆਪਣਾ ਸਾਰਾ ਸਟਾਫ ਆ ਜੀ ਤੇ ਉਹ ਹਰੇਕ ਹਫਤੇ ਇੱਕ ਗੈਸਟ ਲਿਆਂਦੇ ਆ ਜੀ ਅੱਛਾ ਜੀ ਤੇ ਉਹ ਕਈ ਗੈਸਟ ਬਹੁਤ ਕਰਦੇ ਹੁੰਦੇ ਆ ਜੀ ਮੈਂ ਇਹ ਪੰਜ ਵਾਰੀ ਸ਼ੋਅ ਕੀਤਾ ਕੋਈ ਕਹਿੰਦਾ ਮੈਂ 11 ਵਾਰੀ ਕੀਤਾ 40 ਸਾਲਾਂ ਚ ਅੱਛਾ ਜੀ ਮੈਂ ਕਿਹਾ ਅਸੀਂ ਵੀ ਇਹ ਹਿਸਾਬ ਰੱਖਣਾ ਪੀ ਪੋਡਕਾਸਟ ਚ ਕਿਹੜਾ ਕਿੰਨੀ ਵਾਰੀ ਆਇਆ ਅੱਛਾ ਜੀ ਪਹਿਲਾਂ ਤਾਂ ਜੀ ਇਹ ਤੁਹਾਨੂੰ ਇਹਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਔਰ ਬਹੁਤ ਚੰਗੀ ਗੱਲ ਆ ਜੀ ਔਰ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਜੀ ਇਹ ਹਾਂਜੀ ਬਈ ਜਿਵੇਂ ਨਾ ਬਹੁਤ ਠੰਡ ਹੋਵੇ ਤੇ ਆਪਾਂ ਧੁੱਪ ਦੇ ਲਸ਼ਕਾਰੇ ਨੂੰ ਢੀਕਦੇ ਹੋਈਏ ਹਨਾ ਜੀ ਤੇ ਜਾਂ ਬਹੁਤ ਗਰਮੀ ਹੋਵੇ ਤੇ ਇੱਕ ਠੰਡੇ ਬੁੱਲੇ ਨੂੰ ਜਾਂ ਚਾਰਕ ਕਣੀਆਂ ਨੂੰ ਢੀਕਦੇ ਹੋਈਏ ਮੈਂ ਇਦਾਂ ਢੀਕਦਾ ਸੀ ਵੀ ਦੁਬਾਰੇ ਗੱਲਬਾਤ ਕਰੀਏ ਹਨਾ ਜੀ ਪਰ ਉਦੋਂ ਪਹਿਲਾਂ ਤੁਹਾਡੀਆਂ ਜਿਹੜੇ ਇੰਨੇ ਮੈਂ ਉਹ ਸੁਣੇ ਜੀ ਐਪੀਸੋਡ ਜਿਹੜੇ ਤੁਸੀਂ ਬਣਾਏ ਆ ਤੇ ਮੈਂ ਹੈਰਾਨ ਰਹਿ ਗਿਆ ਜੀ ਵੀ ਕਿੰਨੇ ਕਿੰਨੇ ਅੰਦਰ ਜਜਬਾਤ ਲੁਕੋ ਕੇ ਬੈਠਿਆ ਜੀ ਬੰਦੇ ਜਿਹੜੇ ਹਨਾ ਆਪਾਂ ਹਾਂਜੀ ਹਾਂਜੀ ਹਾਂ ਗੱਲਾਂ ਕਰਦੇ ਆਂ ਤੇ ਆਪਾਂ ਨੂੰ ਇਹ ਪਤਾ ਹੀ ਨਹੀਂ ਵੀ ਕਿਹਦੇ ਅੰਦਰ ਕੀ ਚੱਲ ਰਿਹਾ ਵਾ ਪਤਾ ਨਹੀਂ ਜੀ ਪਤਾ ਨਹੀਂ ਜੀ ਇਸੇ ਕਰਕੇ ਨਾ ਜਿਹੜਾ ਜਿਹੜਾ ਗਿਆਨ ਆ ਜੀ ਉਹ ਉਹ ਵੰਡਿਆ ਵੱਧਦਾ ਆ ਹਾਂਜੀ ਤੇ ਉਹ ਜਿਹੜੇ ਬੰਦੇ ਦਾ ਮਹਾਨ ਮਹਾਨ ਸਾਰੇ ਹੈਗੇ ਕੋਈ ਵੀ ਆਪਣੇ ਫੀਲਡ ਦੇ ਵਿੱਚ ਜਦੋਂ ਤੁਸੀਂ ਉਹਦੇ ਉਹਨਾਂ ਨਾਲ ਗੱਲ ਕਰਦੇ ਆਂ ਤਾਂ ਆਪਣੇ ਆਪ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਾਂਜੀ ਹਾਂਜੀ ਬਹੁਤ ਹੁਣ ਇਹ ਦੇਖੋ ਜੀ ਜਿਵੇਂ ਹੁਣ ਪੁਰਾਣੇ ਸਮੇਂ ਜਿਹੜੇ ਜੀ ਹਨਾ ਹਾਂਜੀ ਤੇ ਉਹਦੇ ਵਿੱਚ ਜਿਵੇਂ ਇੱਕ ਆਪਾਂ ਕਹੀਏ ਜੀ ਖੰਡ ਚਰਚਾ ਹਾਂਜੀ ਜਾਂ ਹੋਰ ਜਿਹੜੇ ਮਨੋਰੰਜਨ ਦੇ ਸਾਧਨ ਸੀ ਹਨਾ ਜੀ ਬਈ ਉਹ ਉਹ ਆਪਣੇ ਤੱਕ ਕਿੰਨੇ ਸੌਖੇ ਸੀ ਤੇ ਕਿੰਨੇ ਵਧੀਆ ਸੀ ਤੇ ਕਿੰਨੇ ਉਹ ਆਪਣੀ ਸਿਹਤ ਲਈ ਵੀ ਕਿੰਨੇ ਚੰਗੇ ਹੁੰਦੇ ਸੀ ਉਹਨਾਂ ਦਾ ਨੁਕਸਾਨ ਵੀ ਕੋਈ ਨਹੀਂ ਸੀਗਾ ਹਨਾ ਜੀ ਨਹੀਂ ਸੀਗਾ ਜੀ ਪਹਿਲਾਂ ਪਹਿਲਾਂ ਦੇਖੋ ਜੀ ਜਦੋਂ ਇੱਕ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਜਦੋਂ ਉਹਦੋਂ ਅਜੇ ਬੀਸੀਆਰ ਕੋਈ ਵੀ ਨਹੀਂ ਸੀ ਹੁੰਦਾ ਜੀ ਸਾਡਾ ਨਾ ਚਾਚਾ ਸਾਡਾ ਮਸਕਰਟ ਦੇ ਵਿੱਚੋਂ ਟੀਵੀ ਲੈ ਕੇ ਆਇਆ। ਅੱਛਾ ਜੀ। ਹਾਂ ਜੀ। ਡਬਾਈ ਵਾਲੇ ਲਿਆਉਂਦੇ ਹੁੰਦੇ ਸੀਗੇ ਜੀ। ਹਾਂ ਜੀ। ਹਾਂ ਜੀ। ਜਾਂ ਸੋਨੀ ਦੀਆਂ ਟੇਪਾਂ ਹੁੰਦੀਆਂ ਸੀ ਜੀ। ਉਦੋਂ ਕਿਤੇ ਪਤਾ ਹੁੰਦਾ ਸੀ ਵੀ ਗਾਣੇ ਲਿਖਣ ਲੱਗ ਪਾਣਾ ਕਿਤੇ ਗਾਣਾ ਲੱਗਿਆ ਹੋਣਾ ਤਾਂ ਨੀਂਦ ਨਾ ਆਉਣੀ ਜੀ ਸਾਰੀ ਰਾਤ ਹਨਾ। ਹਾਂ ਜੀ। ਹਾਂ ਜੀ। ਹਾਂ ਜੀ। ਤੇ ਉਹ ਜਦੋਂ ਟੀਵੀ ਲੈ ਕੇ ਆਇਆ ਤੇ ਅਸੀਂ ਤਾਂ ਇਹੀ ਸੋਚੀ ਜਾਣਾ ਵੀ ਇਹ ਕਿੱਦਾਂ ਚੱਲੂ ਕਿਵੇਂ ਆ ਹਨਾ। ਫਿਰ ਹੌਲੀ-ਹੌਲੀ ਜਦੋਂ ਨੇ ਡੱਬਾ ਜਿਹਾ ਖੋਲਿਆ ਵਿੱਚੋਂ ਦੇ ਦੋ ਸ਼ਟਰ ਜੇ ਖੋਲੇ ਹਨਾ। ਹਾਂ ਜੀ। ਟੀਵੀ ਦਾ ਦਰਵਾਜ਼ਾ ਵਿੱਚੋਂ ਜਦੋਂ ਪਹਿਲਾਂ ਫਿਰ ਹੌਲੀ ਹੌਲੀ ਦੇਖਿਆ ਜੇ ਤਾਂ ਆਵਾਜ਼ ਵੀ ਆਉਂਦੀ ਆ ਹਾਂਜੀ ਹਾਂਜੀ ਬੰਦੇ ਹੱਲ ਦੀ ਵੀ ਆ ਵਿੱਚੋਂ ਫਿਰ ਕਹਾਣੀਆਂ ਕੂਣੀਆਂ ਤਾਂ ਬਹੁਤ ਬਾਅਦ ਚ ਸਮਝੋਂ ਲੱਗ ਪਿਆ ਵੀ ਇਹ ਫਿਲਮ ਆ ਜੀ ਆਹ ਨਾਟਕਾ ਹਾਂਜੀ ਹਾਂਜੀ ਤੇ ਜਿਵੇਂ ਫੋਨ ਆ ਜੀ ਫੋਨ ਆ ਹਨਾ ਦੇਖੋ ਹਾਂਜੀ ਹਾਂਜੀ ਪਹਿਲਾਂ ਤਾਂ ਡੱਬੀ ਦੀ ਡੱਬੀ ਖਾਲੀ ਡੱਬੀਆਂ ਲੈ ਕੇ ਹਨਾ ਜੀ ਉਹਦੀ ਤੀਲ ਵਿੱਚ ਫਸਾ ਕੇ ਤਾ ਗਾ ਬੰਨ ਕੇ ਉਦਾਂ ਹੀ ਨਿਆਣਿਆਂ ਨੇ ਹੈਲੋ ਹੈਲੋ ਕਰੀ ਜਾਣਾ ਹਨਾ ਜੀ ਆਹੋ ਤੇ ਆ ਪਤਾ ਇੰਨੀ ਸੀ ਵੀ ਦੁਨੀਆ ਇੰਨੀ ਤੇਜ਼ ਭੱਜ ਨਹੀਂ ਜੀ ਨਹੀਂ ਪਤਾ ਸਕਿਆ ਜੀ ਮੈਨੂੰ ਇਹ ਤਾਂ ਇੱਕ ਗੱਲ ਯਾਦ ਆ ਗਈ ਜੀ ਜਦੋਂ ਨਾ ਅਸੀਂ ਹੁਣ ਸਾਰਾ ਤੁਹਾਨੂੰ ਪਤਾ ਕੰਪਿਊਟਰਾਂ ਤੇ ਕਰਦੇ ਹੁਣ ਤਾਂ ਇੰਡੀਆ ਚ ਵੀ ਘਰ ਘਰ ਲੋਕ ਕੰਮ ਕਰਨ ਲੱਪੇ ਆ ਲੈਪਟਾਪਾਂ ਤੇ ਬਹੁਤ ਕੁਝ ਸਭ ਕੁਝ ਹੀ ਕੰਪਿਊਟਰਾਂ ਤੇ ਹੋਣ ਲੱਪਿਆ ਤੇ ਇੱਕ ਤਾਂ ਸਾਡੀ ਗਵਾਂਡੀਆਂ ਦੀ ਕੁੜੀ ਕੰਪਿਊਟਰਾਂ ਦਾ ਕੋਈ ਕਰਨ ਲੱਪਈ ਕੋਈ ਡਿਪਲੋਮਾ ਡਿਪਲੋਮਾ ਤੇ ਅਸੀਂ ਉਹਨਾਂ ਨੂੰ ਪੁੱਛਿਆ ਕੋਈ ਮਾਂ ਨੂੰ ਅਸੀਂ ਕਿਹਾ ਤੁਹਾਡੀ ਕੁੜੀ ਕਿੱਥੇ ਪੜਨ ਜਾਂਦੀ ਕਹਿੰਦੀ ਸਾਡੀ ਕੁੜੀ ਕੰਪਿਊਟਰਾਂ ਦਾ ਕੋਰਸ ਕਰਦੀ ਹੈ ਜੀ ਕਮਨ ਹੋਰ ਗੱਲ ਜਾਦਿਆ ਮੈਂ ਕੈਨੇਡਾ ਤੋਂ ਗਿਆ ਜੀ ਤੇ ਜਦੋਂ ਅਸੀਂ ਕੰਪਿਊਟਰ ਤੇ ਰਿਕਾਰਡਿੰਗ ਕਰਨ ਲੱਗ ਪਏ ਅੱਛਾ ਜੀ ਤੇ ਮੇਰੇ ਕੋਲ ਬਹੁਤ ਉਦੋਂ ਹੌਲੀ ਚੱਲਦੇ ਹੁੰਦੇ ਸੀ ਪਰ ਮੇਰੇ ਕੋ ਇੱਕ ਲੈਪਟਾਪ ਹੁੰਦਾ ਸੀ ਤੇ ਮੈਂ ਆਪਣੇ ਪਾਪਾ ਜੀ ਨੂੰ ਕਿਹਾ ਮੈਂ ਕਿਹਾ ਪਾਪਾ ਜੀ ਤੁਹਾਨੂੰ ਦਿਖਾ ਲ ਦਈਏ ਫਿਰ ਅਸੀਂ ਹੁਣ ਕਿੱਦਾਂ ਕੰਮ ਕਰਦੇ ਆ ਤੇ ਕਹਿੰਦੇ ਠੀਕ ਆ ਜੀ ਚਲੋ ਮੈਂ ਨਾ ਆਪਣਾ ਲੈਪਟਾਪ ਖੋਲ ਲਿਆ ਉਹਨਾਂ ਦੇ ਮੋਰੇ ਤੇ ਨਾਲੇ ਮ ਉਹਨਾਂ ਨੂੰ ਦੱਸਣ ਲੱਗ ਪਿਆ ਮੈਂ ਕਿਹਾ ਸਾਰਾ 뮤직 ਹੁਣ ਪਾਪਾ ਜੀ ਕੰਪਿਊਟਰ 'ਚ ਹੁੰਦਾ ਤੇ ਇਹਦੇ ਵਿੱਚ ਹੀ ਅਸੀਂ ਐਡ ਦੇ ਵਿੱਚ ਹੀ ਬਣਾਨੇ ਆ ਕਹਿੰਦੇ ਅੱਛਾ ਅੱਛਾ ਖੜੇ ਦੇਖੀ ਜਾਣ ਤੇ ਜਦ ਮੈਂ ਜਦ ਨੂੰ ਲੈਪਟਾਪ ਖੋਲਿਆ ਤੇ ਮੈਨੂੰ ਕਹਿੰਦੇ ਉਹ ਯਾਰ ਕੰਪਿਊਟਰ ਤਾਂ ਹੋਇਆ ਤਾਂ ਟੀਵੀ ਵੀ ਵਿੱਚੇ ਹੀ ਚੱਲ ਪਿਆ ਦੇਖੋ ਜੀ ਜਦੋਂ ਗਾਣੇ ਵੀ ਚੱਲਣੇ ਨਾ ਜੀ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਵੀ ਘਟਨਾ ਵੀ ਇੱਕ ਸਾਂਝੀ ਕਰਦਾ ਜਦੋਂ ਗਾਣੇ ਵੀ ਚੱਲਣੇ ਹਨਾ ਜੀ ਘਗਰੇ ਦੀ ਵੇਲ ਲਾਉਣ ਭੇਜ ਗਈ ਹਨਾ ਜਾਂ ਜਿਵੇਂ ਮਾਪਿਆਂ ਨੂੰ ਪੁੱਤਰ ਪਿਆਰੀ ਭਗਤ ਪਿਆਰੀ ਰੱਬ ਨੂੰ ਹਨਾ ਕਿੰਨਾ ਸਕੂਨ ਸੀ ਔਰ ਕਿੰਨੇ ਵਧੀਆ ਸੀ ਤੇ ਮੈਂ ਨਾ ਇੱਕ ਵਾਰ ਇਦੋਂ ਬਾਹਰੋਂ ਆਉਂਦਾ ਸੀ ਇਹ ਸ਼ਾਇਦ ਕੈਨੇਡਾ ਅਮਰੀਕਾ ਦਾ ਕੋਈ ਟੂਰ ਲਾ ਕੇ ਆਉਂਦਾ ਸੀ ਤਾਂ ਜਦੋਂ ਉਹ ਨਾ ਦਿੱਲੀ ਤੋਂ ਆਉਂਦੇ ਸੀ ਤੇ ਮੈਂ ਸੌ ਗਿਆ ਜੀ ਪਿੱਛੇ ਦਾ ਇੱਕਦਮ ਮੈਂ ਉੱਠਿਆ ਮੈਂ ਕਹਾਂ ਕੋਣ ਲੜ ਪਿਆ ਕੋਣ ਲੜ ਪਿਆ ਉਹ ਕਹਿੰਦੇ ਨਹੀਂ ਅਸੀਂ ਤਾਂ ਗਾਣੇ ਲਾਏ ਆ ਜਿਹੜੇ ਨਵੇਂ ਚੱਲਦੇ ਅੱਜ ਕਰਦੇ ਆ ਰਾਂ ਵਾਲੇ ਹੁਣ ਤੇ ਬੰਦੇ ਦੀ ਜ਼ਿੰਦਗੀ ਦੇ ਵਿੱਚੋਂ ਦੀ ਜਿਹੜਾ ਸਕੂਨ ਆ ਨਾ ਜਿਵੇਂ ਹਾਂ ਮਤਲਬ ਖੰਭ ਲਾ ਕੇ ਉੱਟ ਗਿਆ ਸਾਡੇ ਗਿਆਨੀ ਮਾਸਟਰ ਸਾਡੇ ਭਾਗ ਸਿੰਘ ਜੀ ਸੀ ਉਹਨਾਂ ਨੇ ਨਾ ਸਾਨੂੰ ਜਦੋਂ ਕੋਈ ਅਰਜੀ ਲਿਖਾਉਣੀ ਜਾਂ ਲੇਖ ਲਿਖਾਉਣਾ ਉਹਨਾਂ ਨੇ ਕਹਣਾ ਵੀ ਤੁਸੀਂ ਆਪੇ ਹੀ ਲਿਖੋ ਆਪਣੇ ਮਨੋਂ ਬਣਾ ਕੇ ਹਾਂਜੀ ਹਾਂਜੀ ਤੇ ਜਦੋਂ ਅਸੀਂ ਮੇਲਾ ਲਿਖਣਾ ਨਾ ਜੀ ਅੱਖੀਂ ਡਿੱਠਾ ਮੇਲਾ ਹਾਂਜੀ ਤੇ ਉਹਦੇ ਵਿੱਚ ਅਸੀਂ ਤਖਤੂਪੁਰੇ ਦਾ ਮੇਲਾ ਲਿਖ ਦੇਣਾ ਹਾਂ ਨਾ ਕਿਉਂਕਿ ਜਿਹੜੇ ਮਾਗੀ ਦੇ ਦੋ ਮੇਲੇ ਬਹੁਤ ਮਸ਼ਹੂਰ ਹੈ ਇੱਕ ਮੁਕਤਸਰ ਸਾਹਿਬ ਤੇ ਇੱਕ ਤਖਤੂਪੁਰਾ ਹਾਂਜੀ ਹਾਂਜੀ ਤਖਤੂਪੁਰੇ ਦਾ ਜਦੋਂ ਅਸੀਂ ਮੇਲਾ ਲਿਖਣਾ ਤੇ ਉਹਨਾਂ ਨੇ ਪਹਿਲਾਂ ਇਹ ਲਿਖਾਉਣਾ ਵੀ ਜਦੋਂ ਅਸੀਂ ਮੇਲੇ ਦੇ ਰਾਹ ਪਏ ਜਦੋਂ ਮੇਲੇ ਦੇ ਕੋਲ ਗਏ ਅਸੀਂ ਤਾਂ ਸਾਡੇ ਕੰਨਾਂ ਦੇ ਵਿੱਚ ਰਲਮੀਆਂ ਮਲਮੀਆਂ ਆਵਾਜ਼ਾਂ ਪੈਣ ਲੱਗੀਆਂ ਬਾਰੋ ਆਵਾਜ਼ਾ ਸਿਰਫ ਰੋਲਾ ਰੱਪਾ ਹੀ ਬਣ ਕੇ ਰਹਿ ਜਾਂਦੀਆਂ ਸਾਨਾ ਹਾਂ ਪਰ ਇਹ ਤਾਂ ਮੇਲੇ ਦੇ ਅੰਦਰ ਜਾ ਕੇ ਪਤਾ ਲੱਗਿਆ ਵੀ ਇੱਕ ਬੰਨੇ ਉੱਚੀ ਸਟੇਜ ਦੇ ਉੱਤੇ ਤੁਹਾਡੀ ਅਮਰ ਸਿੰਘ ਸ਼ੌਂਕੀ ਸ਼ਰੰਗੀ ਦੀਆਂ ਕਲੜੀਆਂ ਸ਼ੋਰਾਂ ਨਾਲ ਸੁਰਾਂ ਦੇ ਨਾਲ ਦਿਲਾਂ ਨੂੰ ਝੰਝੋੜ ਰਿਆ ਸੀ ਤੇ ਉਹ ਉਹ ਜਦੋਂ ਆਪਾਂ ਵੀ ਐ ਜਦੋਂ ਗੱਲਾਂ ਕਰਦੇ ਆ ਨਾ ਜਦਾਂ ਇੱਕ ਰੋਲੀ ਰੱਪੇ ਚੀ ਤੋਰੇ ਫਿਰਦੇ ਆ ਇਹ ਤਾਂ ਆਪਾਂ ਨੂੰ ਇੱਕ ਦੂਜੇ ਦੇ ਅੰਦਰ ਵੜ ਕੇ ਪਤਾ ਲੱਗ ਰਿਹਾ ਆ ਜਿਵੇਂ ਹੁਣ ਆ ਪੋਡਕਾਸਟ ਹੈ ਇਹਦੇ ਨਾਲ ਵੀ ਪਤਾ ਲੱਗ ਰਿਹਾ ਵੀ ਅੰਦਰ ਕੀ ਕੀ ਬੈਠਾ ਹੈ ਨਾ ਇੰਨੇ ਨੇੜੇ ਆਉਂਦਾ ਜਿਹੜਾ ਮੌਕਾ ਮਿਲ ਰਿਹਾ ਜੀ ਇਹ ਹਾਂ 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 ਇਹ ਨਾ ਜੀ ਮੈਂ ਮੇਰੇ ਮਨ ਵਿੱਚ ਸਦਾ ਹੀ ਇੱਕ ਗੱਲ ਹੈ ਜੀ ਮੇਰਾ ਇੱਕ ਸ਼ੇਰ ਆ ਉਹਦੇ ਵਿੱਚ ਆਖਰੀ ਗੱਲ ਆਉਂਦੀ ਇਹ ਪਰ ਉਹ ਉਦਾਂ ਹੈਗਾ ਜੀ ਕਹਿੰਦਾ ਜਮਾ ਤੇ ਘਟਾਓ ਉੱਤੇ ਗੱਲ ਸਾਰੀ ਮੁੱਕ ਜਾਂਦੀ ਇਹਦਾ ਹੀ ਪਸਾਰਾ ਭੇ ਦੇ ਹੀ ਇਹ ਗਣਿਤ ਦਾ ਹਾਂਜੀ ਜਮਾ ਤੇ ਘਟਾਓ ਉੱਤੇ ਲੈ ਸਾਰੀ ਮੁੱਕ ਜਾਂਦੀ ਇਹਦਾ ਹੀ ਫਸਾਰਾ ਭੇ ਦੇ ਹੀ ਇਹ ਗਣਿਤ ਦਾ 100 ਵਾਰੀ ਛੱਡੇ ਲੀਕਾਂ ਨੱਕ ਨਾਲ ਕੱਢੇ ਭਾਵੇਂ ਬਦਲੇ ਨਾ ਕਦੇ ਜੋ ਸ਼ਰਾਬੀ ਹੋਵੇ ਨਿਤ ਦਾ ਮਾਰ ਮਾਰ ਕਰੇ ਫਿਰ ਮਿੰਤਾਂ ਤੇ ਆ ਜਾਵੇ ਲੱਗਦਾ ਨਹੀਂ ਭੇਦ ਮੂਡੀ ਬੰਦੇ ਦੀ ਸਵਿਚ ਦਾ ਦਿਲ ਵਿੱਚ ਲੱਗੀ ਹੋਵੇ ਅੱਗ ਜੇ ਓਡਾਰੀਆਂ ਦੀ 100 ਕੁੰਡੀ ਲਾ ਲੋ ਤਾਂ ਵੀ ਅੰਦਰ ਨਹੀਂ ਟਿਕਦਾ ਨਰਕਾਂ ਨੂੰ ਛੱਡ ਕੇ ਨਾ ਸੁਰਗਾਂ ਚ ਰਹਿਣਾ ਚਾਹੇ ਲੱਗਣਾ ਇਹ ਕਿੱਥੇ ਪਤਾ ਲੱਗਦਾ ਨਾ ਚਿੱਤ ਦਾ ਕੋਠੇ ਚੜ ਪੌੜੀਆਂ ਨੂੰ ਕੋਈ ਕੋਈ ਯਾਦ ਰੱਖੇ ਭੁੱਲ ਜਾਂਦੇ ਚੇਤਾ ਬਹੁਤੇ ਸੱਜਣਾ ਦੇ ਹਿੱਤ ਦਾ ਹਾਰ ਕੇ ਨਾ ਦਿਲ ਨੂੰ ਕਦੇ ਵੀ ਢੇਰੀ ਢੋਣ ਦੇ ਜੇ ਕਰੀਏ ਨਾ ਮਾਨ ਕਦੇ ਕੱਲੀ ਕਹਿਰੀ ਜਿੱਤਦਾ ਰੰਗਾ ਭਰੀ ਜ਼ਿੰਦਗੀ ਚ ਹੋਰ ਵੀ ਨਖਾਰ ਆਵੇ ਆਹ ਗੱਲ ਸੀਗੀ ਜੀ ਮੈਂ ਇਸ ਕਰਕੇ ਤੁਹਾਨੂੰ ਸੁਣਾਇਆ ਸੀ ਰੰਗਾ ਭਰੀ ਜ਼ਿੰਦਗੀ ਚ ਹੋਰ ਵੀ ਨਖਾਰ ਆਵੇ ਗੱਲਾਂ ਸੰਗਤਾਰ ਉਹੀ ਲੱਭ ਲੱਭ ਲਿਖਦਾ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਵੀ ਜੀ ਗੀਤ ਲਿਖਦੇ ਆ ਤੇ ਹੋਰ ਅਸੀਂ ਵੀ ਲਿਖਦੇ ਆ ਇਹਦਾ ਮਤਲਬ ਇਹੀ ਆ ਅਸੀਂ ਆਜਾ ਪੌਡਕਾਸਟ ਵੀ ਆ ਅਸੀਂ ਇਹੀ ਸੋਚਦੇ ਆ ਵੀ ਜਿਹੜੀ ਲੋਕਾਂ ਦੀ ਸਾਡੇ ਮਿੱਤਰਾਂ ਦੀ ਸਾਡੇ ਦੋਸਤਾਂ ਦੀ ਖਾਸ ਕਰਕੇ ਪੰਜਾਬੀਆਂ ਦੀ ਕਿਉਂਕਿ ਸਾਡੀ ਉਹੀ ਗੱਲ ਸਮਝਦੇ ਆ ਹਾਂ ਉਹਨਾਂ ਦੀ ਜਿਹੜੀ ਰੰਗਾਂ ਭਰੀ ਜ਼ਿੰਦਗੀ ਤਾਂ ਹੈ ਪਰ ਉਹਦੇ ਵਿੱਚ ਹੋਰ ਵੀ ਨਖਾਰ ਆ ਜਾਵੇ ਬਿਲਕੁਲ ਜੀ ਬਿਲਕੁਲ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਜੇ ਕੋਈ ਕਹਿੰਦਾ ਮੈਨੂੰ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਆ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਹੀ ਸਾਨੂੰ ਐ ਲੱਗਦਾ ਵੀ ਅਸੀਂ ਜੋ ਆ ਕੋਈ ਕਰ ਰਹੇ ਆ ਤੇ ਉਹਦੇ ਨਾਲ ਸਾਡੀ ਇੱਕ ਦਿਲ ਦੀ ਸਾਂਝ ਪੈ ਰਹੀ ਆ ਔਰ ਬਹੁਤ ਗੂੜੀ ਸਾਂਝ ਪੈ ਰਹੀ ਆ ਹਾਂਜੀ 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 ਇੱਕ ਮੰਗਲ ਦੀ ਤੁਹਾਡੇ ਨਾਲ ਅਸੀਂ ਤਾਂ ਗੱਲ ਕਰੀ ਦੀ ਆ ਪਰ ਆਮ ਪੰਜਾਬੀਆਂ ਨੂੰ ਸ਼ਾਇਦ ਇਸ ਗੱਲ ਦਾ ਨਾਂ ਪਤਾ ਹੋਵੇ ਉਹ ਤੁਸੀਂ ਜ਼ਰੂਰ ਉਹਨਾਂ ਨੂੰ ਦੱਸੋ ਕਿ ਜਿਹੜਾ ਤੁਹਾਡੇ ਹੁਣ ਜਦੋਂ ਚਲੋ ਪੰਜਾਬੀ ਵਿਰਸਾ ਗੀਤ ਲੈ ਲਓ ਲੈ ਲਓ ਪੰਜਾਬੀ ਵਿਰਸਾ ਉਹਦੇ ਵਿੱਚ ਕੋਈ ਤੁਸੀਂ ਚੀਜ਼ ਨਹੀਂ ਛੱਡੀ ਪਿੰਡਾਂ ਦੀ ਜਾਂ ਸ਼ਬਦ ਜਿਹੜੇ ਪਤਾ ਵੀ ਨਹੀਂ ਉਹ ਹੈਗਾ ਜੀ ਕੜਾ ਕਾੜਨੀ ਚਿੰਟਾ ਚਾਟੀ ਛੱਜ ਛੰਦਨੀ ਗੜਵੀ ਡੋਲੂ ਦੇਖਦੇ ਡੰਡੇ ਮਿੱਟੀ ਦੇ ੁੰਡੇ ਚਖਲੇ ਵੇਲ ਨੇ ਮੰਜੇ ਕੋਲ ਸ਼ੱਕਰ ਤੇ ਗੜ ਚੱਕੀ ਦੇ ਪਰ ਡੱਬ ਜਵਾਰ ਦੇ ਦਾਣੇ ਪੰਜਾਬੀ ਵਿਰਸਾ ਢੱਡ ਸਾਰੰਗੀ ਤੇ ਲਗੋਜਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਹਾਂ ਤੁਸੀਂ ਇਹਦੇ ਵਿੱਚ ਹੋਰ ਵੀ ਨਾ ਚੀਜ਼ਾਂ ਛੱਡੀਆਂ ਇਹ ਨਹੀਂ ਕੋਈ ਤੇ ਇਹ ਜਿਹੜੀਆਂ ਇਦਾਂ ਦੇ ਸ਼ਬਦ ਆ ਜਾਂ ਇਹ ਨਾ ਉੱਤੇ ਤੁਹਾਡਾ ਹੱਥ ਟਿਕਿਆ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹਾਂ ਕਿ ਕੀ ਗੱਲ ਹੈ ਇਹਦੇ ਪਿੱਛੇ ਜੀ ਇਹ ਜਿਹੜਾ ਸਾਡੇ ਨਾ ਦਾਦਾ ਜੀ ਸਵਰਗਵਾਸੀ ਸਰਦਾਰ ਉਜਾਗਰ ਸਿੰਘ ਹਨਾ ਜੀ ਉਹ ਸਾਨੂੰ ਬਚਪਨ ਤੋਂ ਹੀ ਦੇਖੋ ਅਸੀਂ ਨਾ ਸ਼ਹਿਰੀ ਦੇ ਨਾਲ ਤੁਸੀਂ ਵੀ ਮੈਂ ਵੀ ਜੁੜੇ ਰਹੇ ਆ ਤੇ ਉਹਨਾਂ ਨੇ ਸਾਨੂੰ ਜਦੋਂ ਸੁਣਾਉਣਾ ਜੀ ਸਾਈਂ ਕਰਮ ਕੀਤਾ ਬਖਸ਼ਣ ਹਾਰ ਹੋਇਆ ਕੌਨ ਦੇ ਵਿੱਚ ਸਵੱਬ ਲਾਇਆ ਖੁਸ਼ੀ ਬਹੁਤ ਹੋਈ ਗੋਰਖਨਾਥ ਤਾਈ ਸ਼ਾਲ ਕੋੜ ਦੀ ਤਰਫ ਨੂੰ ਸੈਰ ਆਏ ਕਾਦਰ ਯਾਰ ਦਾ ਖੂਹੇ ਤੇ ਕਰਨ ਡੇਰਾ ਇੱਕ ਸਾਧਲੇ ਪਾਣੀ ਨੂੰ ਡੋਲ ਜਾਏ ਲਾਮ ਲੱਜ ਦਾ ਖੂਹੇ ਦੇ ਵਿੱਚ ਸਿੱਤੀ ਤਾਂ ਵਿੱਚੋਂ ਆਦਮੀ ਦਾ ਪੁੱਤ ਨਜ਼ਰ ਆਇਆ ਉਹਨਾਂ ਸਾਨੂੰ ਜੀ ਇਹ ਜਦੋਂ ਇਹ ਸੁਣਾਉਣੇ ਹਨਾ ਕਿਸੇ ਸੁਣਾਉਣੇ ਕਿ ਚੇਟਕ ਲੱਗੀ ਬਾਕੀ ਜਿਹੜੇ ਸ਼ਬਦ ਆ ਨਾ ਜੀ ਜਿਹੜੇ ਸਾਡੇ ਕੋਲੇ ਆਏ ਆ ਮੰਨ ਲਓ ਟੋਕੜ ਮੱਝ ਕੀ ਆ ਟੋਕੜ ਮੱਝ ਉਹ ਆ ਜਿਹੜੀ ਸੂਈ ਹੋ ਜਾਣਾ ਤੱਕ 4 ਮਹੀਨੇ ਹਾਂਜੀ ਹਾਂਜੀ ਜਦੋਂ ਮੈਂ ਇਹ ਗੀਤ ਆਇਆ ਤੇ ਮੈਨੂੰ ਕਈ ਨਾ ਇਦਾਂ ਪੁੱਛਣ ਨਿਆਣੇ ਫੋਨ ਕਰਕੇ ਇਹ ਪੁੱਛਣ ਵੀ ਟੋਕੜ ਮਾ ਜੋ ਹੁੰਦੀ ਜੀ ਜਿਹੜੀ ਜ਼ਿਆਦਾ ਦੁੱਧ ਦਿੰਦੀ ਆ ਹਨਾ ਜੀ ਜਿਵੇਂ ਇਹਦੇ ਵਿੱਚ ਤੇਲ ਚ ਤੇਲ ਚ ਭੁੰਨ ਕੇ ਬੰਦੋ ਹਲਦੀ ਦਾਤੀ ਦਾ ਟੱਕ ਹੜਜੂ ਜਲਦੀ ਸ਼ਹਿਦ ਮੰਮੀ ਰਾਖੀਆਂ ਦੇ ਲਈ ਦੱਸਾਂ ਲੋਕ ਸਿਆਣੇ ਪੰਜਾਬੀ ਵਿਰਸਾ ਹਨਾ ਜੀ ਮੈਂ ਹੋਰ ਗੱਲ ਪੁੱਛਣੀ ਚਾਹਣਾ ਮੰਗਲ ਜੀ ਇਹ ਗੱਲ ਠੀਕ ਆ ਵੀ ਚਲੋ ਤੁਹਾਨੂੰ ਪਤਾ ਤੁਹਾਡੇ ਦਾਦਾ ਜੀ ਨੇ ਸਖਾਲ ਵੀ ਦਿੱਤੀਆਂ ਗੱਲਾਂ ਠੀਕ ਆ ਮੈਂ ਮੰਨਦਾ ਤੇ ਤੁਹਾਨੂੰ ਪਤਾ ਲੱਗਿਆ ਵੀ ਜ਼ਖਮਾਂ ਤੇ ਹਲਦੀ ਬੰਦੇ ਆ ਤੁਹਾਨੂੰ ਪਤਾ ਲੱਗਿਆ ਦੰਦੇ ਕਿੱਦਾਂ ਦੱਤ ਉਹ ਤਾਂ ਜਿੱਦਾਂ ਸਾਡੇ ਪਿੰਡਾਂ ਚ ਆਮ ਲੋਕਾਂ ਨੂੰ ਨਾ ਗੱਲਾਂ ਦਾ ਪਤਾ ਜਿਹੜੇ ਗਾਣੇ ਤੁਹਾਡੇ ਲਿਖੇ ਹੋਏ ਉਹ ਆਮ ਸਾਰਿਆਂ ਨੂੰ ਸਮਝ ਆ ਰਹੇ ਆ ਤੇ ਉਹ ਤਾਂ ਹੀ ਖੁਸ਼ ਹੁੰਦੇ ਆ ਹਾਂਜੀ 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 ਉਹਨਾਂ ਦੇ ਬਚਪਨ ਦੀਆਂ ਉਹ ਗੱਲਾਂ ਪਰ ਇਹ ਫਲੋ ਚ ਤੁਹਾਡੇ ਕਿੱਦਾਂ ਆਂਦੀ ਆ ਭਈ ਜਾਨਕਿ ਇਹ ਮੈਨੂੰ ਲੋਕ ਬਹੁਤ ਪੁੱਛਦੇ ਆ ਕਿ ਭਈ ਮੰਗਲ ਹੁਣੀ ਜਾਰ ਇਦਾਂ ਪੰਜਾਬੀ ਵਿਰਸਾ ਲਿਖਦੇ ਆ ਇੰਨਾ ਉਸ ਬੰਦੇ ਦੇ ਮਨ ਵਿੱਚ ਫਲੋ ਚ ਇੱਕ ਤੋਂ ਬਾਅਦ ਇੱਕ ਚੀਜ਼ ਕਿੱਦਾਂ ਆਉਂਦੀ ਆ ਇਹ ਜੀ ਅਜੇ ਤੱਕ ਮੇਰੇ ਖਿਆਲ ਦੇ ਵਿੱਚ ਮੈਨੂੰ ਤਾਂ ਇਹਦਾ ਮੈਨੂੰ ਵੀ ਨਹੀਂ ਪਤਾ ਲੱਗਾ ਜੀ ਫਲੋ ਚ ਕਿੱਦਾਂ ਆ ਜਾਂਦੀ ਆ ਜੀ ਇਹ ਬਹੁਤ ਹਾਂਜੀ ਹਾਂਜੀ ਕਈ ਵਾਰ ਕਿਉਂਕਿ ਇਹ ਤਾਂ ਮੰਨਦੇ ਆਂ ਵੀ ਚਲੋ ਹਲਦੀ ਹੁਣ ਤੁਸੀਂ ਹਲਦੀ ਦੀ ਗੱਲ ਕੀਤੀ ਜਾਂ ਖੀਰ ਆ ਜਾਂ ਜਾਂ ਕੁਝ ਵੀ ਆ ਕਿ ਕੀ ਕੀ ਆ ਪੰਜਾਬ ਦੇ ਵਿੱਚ ਪਰ ਉਹ ਗੱਲਾਂ ਚੇਤੇ ਨਹੀਂ ਆਉਨੀਆਂ ਚੇਤੇ ਕਰਾਇਆ ਚੇਤੇ ਆਉਂਦੀਆਂ ਨਾ ਹਾਂਜੀ ਹਾਂਜੀ ਪਰ ਇਹ ਜਿਹੜਾ ਫਲੋ ਦੇ ਵਿੱਚ ਆਉਣਾ ਜੀ ਕਈ ਹੋਰ ਵੀ ਗੀਤ ਮੇਰੇ ਇਹੋ ਜਿਹੇ ਆ ਜੀ ਜਦੋਂ ਮਿਲিয়ে ਚਾਰ ਪੰਜਾਬੀ ਦਾ ਪਿੰਡ ਦੀਆਂ ਗੱਲਾਂ ਕਰਦੇ ਆਂ ਹਨਾ ਜੀ ਉਹਦੇ ਵਿੱਚ ਵੀ ਇਦਾਂ ਹੀ ਆ ਜਾਂ ਹੋਰ ਕਈ ਗੀਤ ਮੇਰੇ ਇਦਾਂ ਦੇ ਆ ਜੀ ਜਿਹੜੇ ਨਾ ਕੁਦਰਤੀ ਤੌਰ ਤੇ ਇਦਾਂ ਜੁੜ ਗਏ ਹਨਾ ਜਿਵੇਂ ਅਜੇ ਵੀ ਉਹ ਟਾਈਮ ਦਿਸਦੇ ਰਹਿੰਦੇ ਆ ਜਿਵੇਂ 2 ਰੁਪਏ ਕਿਲੋ ਖੰਡ ਦੁੱਧ ਬਾਹਰ ਆਨਿਆਂ ਦਾ ਚਾਰ ਆਨਿਆਂ ਦਾ 100 ਜਹਾਜ ਲਿਉਂਦੇ ਸੀ ਹਨਾ ਚਾਹ ਪੱਤੀ ਨੂੰ ਕਿਹੜਾ ਉਦੋਂ ਪੁੱਛਦਾ ਹੁੰਦਾ ਸੀ ਪੀ ਕੇ ਦੁੱਧ ਹੀ ਗੜ ਵੀ ਮੁੱਛ ਨੂੰ ਵੱਟ ਚੜਾਉਂਦੇ ਸੀ 5 ਪੜਿਆ ਚਪੜਾਸੀ ਤੇ 8 ਪੜਿਆ ਮਾਸਟਰ ਸੀ 10 ਪੜੇ ਤਾਂ ਕੋਈ ਵੱਡੇ ਅਫਸਰ ਖਵਾਉਂਦੇ ਸੀ ਅੱਜ ਵਾਂਗੂ ਨਾ ਡਿਗਰੀਆਂ ਵਾਲੇ ਰੌਲਦੇ ਫਿਰਦੇ ਸੀ ਨਾ ਚੌਂਕਾਂ ਵਿੱਚ ਖੜਖੜਾ ਲੋਕੋ ਨਾਹਰੇ ਲਾਉਂਦੇ ਸੀ ਚੂਰ ਹੋ ਗਿਆ ਸੁਪਨਾ ਉਦੋਂ ਭਗਤ ਸ਼ਰਾਬੇ ਦਾ ਕਿਹੜੇ ਰਾਹੇ ਤੁਰਿਆ ਦੇਸ਼ ਮੇਰੇ ਨਾਨਕ ਬਾਬੇ ਦਾ ਪੁੱਤ ਪਿਓ ਨੂੰ ਕਹਿ ਕੇ ਮੰਗਲਾ ਓਏ ਬ ਕੈਸਾ ਹੁੰਦਾ ਆ ਆ ਗਿਆ ਜੋਗ ਮਹਿੰਗਾ ਹੌਸਲਾ ਫੋਕਾ ਕੌਣ ਦਵੇ ਤੇ 1 ਰੁਪਏ ਦਰਜਣ ਕੇਲੇ ਹੋਕਾ ਕੌਣ ਦਵੇ ਹਾਂਜੀ ਤੇ ਇਹ ਆਪੇ ਹੀ ਬਣਿਆ ਹੋਇਆ ਜੀ ਇਹ ਹਾਂਜੀ 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 ਪਰ ਇਹ ਹੀ ਚੀਜ਼ ਆ ਜੀ ਤੁਹਾਡੀ ਕਵਤਾ ਦੇ ਵਿੱਚ ਹਾਂਜੀ ਉਦਾਂ ਅਸੀਂ ਮੈਂ ਤੁਹਾਨੂੰ ਕਿੱਥੇ ਆਪਣੇ ਜਿੱਦ ਆਪਣੇ ਸੁਣਨ ਵਾਲਿਆਂ ਸਾਰਿਆਂ ਦਾ ਸਦਮਾ ਤੁਹਾਡੇ ਨਾਲ ਜਦੋਂ ਵੀ ਗੱਲ ਹੁੰਦੀ ਅਸੀਂ ਸੋਚੀਦਾ ਜਿੱਦਣ ਰੋਜ਼ ਹੀ ਸਾਡੀ ਗੱਲ ਤਾਂ ਇਦਾਂ ਦੀ ਹੁੰਦੀ ਆ ਤੁਸੀਂ ਕਈ ਵਾਰੀ ਕਿਹਾ ਇੱਕ ਦਿਨ ਅਸੀਂ ਸੱਪਾਂ ਦੀਆਂ ਗੱਲਾਂ ਕਰਨ ਲੱਪੇ ਤਾਂ ਤੁਸੀਂ ਕਿਹਾ ਯਾਰ ਸੱਪਾਂ ਤੇ ਹੀ ਪੌਡਕਾਸਟ ਕਰੀ ਇੱਕ ਦਿਨ ਅਸੀਂ ਜਾਂ ਦੀ ਗੱਲ ਕਰਨ ਲੱਗੇ ਤਾਂ ਸੋਚਿਆ ਯਾਰ ਮੱਝਾਂ ਤੇ ਕਰੀਏ ਕਦੇ ਸੋਚੀਦਾ ਪ੍ਰਾਣੀਆਂ ਚੀਜ਼ਾਂ ਤੇ ਕਦੇ ਨਵੀਆਂ ਤੇ ਕਦੇ ਕਵਿਤਾ ਤੇ ਪਰ ਗੱਲ ਇਹ ਆ ਕਿ ਜਿਹੜੀ ਨਾ ਜੀ ਇਹ ਇਹ ਜਿੱਦਾਂ ਇਹ ਬਖਸ਼ਿਸ਼ ਕਿਸੇ ਕਿਸੇ ਤੇ ਹੁੰਦੀ ਆ ਜਿਹੜਾ ਇਦਾਂ ਫਲੋ ਦੇ ਵਿੱਚ ਚੀਜ਼ ਹੋਵੇ ਚਾਹੇ ਉਹ ਸੰਗੀਤ ਹੋਵੇ ਚਾਹੇ ਲਿਖਣ ਵਾਲਾ ਹੋਵੇ ਨਹੀਂ ਤਾਂ ਲੋਕਾਂ ਕੋਲ ਸ਼ਬਦ ਮੁੱਕ ਜਾਂਦੇ ਆ ਜੀ ਮੇਰੇ ਖਿਆਲ ਦੇ ਵਿੱਚ ਜੀ ਇਹੀ ਇਹੀ ਗੋਡ ਗਿਫਟ ਹੈ ਜੀ ਜਿਹੜਾ ਕਹਿ ਦਿੰਦੇ ਆਂਦੇ ਜੀ ਪ੍ਰਮਾਤਮਾ ਵੱਲੋਂ ਇੱਕ ਹਾਂਜੀ ਹਾਂਜੀ ਇਹ ਪਤਾ ਨਹੀਂ ਲੱਗਦਾ ਜੀ ਕਿਦਾਂ ਹਾਂ ਇਹ ਹੋ ਜਾਂਦਾ ਇਹ ਤਾਂ ਮੈਂ ਮੰਨਦਾ ਵੀ ਚਲੋ ਗੋਡ ਗਿਫਟ ਹਾਂਜੀ ਹਾਂਜੀ ਪਰ ਗੱਲ ਇਹ ਹੁੰਦੀ ਆ ਕਿ ਉਹਨੂੰ ਪ੍ਰੈਜ਼ੈਂਟ ਇਦਾਂ ਕਰਨਾ ਕਿ ਗੱਲ ਨਵੀਂ ਵੀ ਹੋਵੇ ਪਰ ਗੱਲ ਹਰੇਕ ਦੀ ਸਮਝ ਵਿੱਚ ਵੀ ਆ ਜਾਵੇ ਇੱਕ ਨਾ ਮੇਰਾ ਸ਼ੇਅਰ ਆ ਜੀ ਕਲਮ ਤੇ ਕਿ ਰੱਬ ਲਿਖੇ ਤੇ ਕਿਸਮਤ ਬਦਲ ਦਿੰਦਾ ਜਨਤਾ ਲਿਖੇ ਤੇ ਕਲਮ ਸਰਕਾਰ ਬਣਦੀ ਬਾਣੀ ਲਿਖੇ ਤੇ ਅਮਰਤਾ ਦਾ ਬਣੇ ਸੋਮਾ ਜਲਮ ਲਿਖੇ ਤਾਂ ਕਲਮ ਤਲਵਾਰ ਬਣਦੀ ਦੁੱਖ ਲਿਖੇ ਤੇ ਦਰਦ ਦੀ ਬਣੇ ਦਲਦਲ ਖੁਸ਼ੀ ਲਿਖੇ ਤਾਂ ਤਬਹਾਰ ਬਣਦੀ ਮੰਗਲ ਲਿਖ ਤੂੰ ਗੀਤਾਂ ਦੀ ਲੜੀ ਬਾਂਜੂ ਹੀਰ ਲਿਖੇ ਤਾਂ ਰਾਂਝਣ ਯਾਰ ਬਣਦੀ ਹਾਂ ਨਾ ਜੀ ਕਿਉਂਕਿ ਉਹ ਉਹ ਟੋਂਦੀ ਹੋਵੇ ਜੀ ਆਪਣੇ ਮਨ ਨੂੰ ਟੋਂਦੀ ਹੋਵੇ ਜੇ ਦੌਖਾ ਤਾਂ ਦੌੱਖ ਨੂੰ ਟੋਂਦੀ ਜੀ ਇਹ ਤਾਂ ਖੁਸ਼ੀ ਜਿੰਨੇ ਚੰਗੀ ਹੋਵੇ ਹਨਾ ਜੀ ਹਸਾਉਂਦੀ ਹੋਵੇ ਰਵਾਉਂਦੀ ਹੋਵੇ ਹਨਾ ਜੀ ਆਪਣੀ ਸਾਹ ਜਿੰਨੀ ਪੈਜੇ ਜੀ ਬੰਦੇ ਨਾਲ ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਜੇ ਕਿ ਅਸੀਂ ਪੰਜਾਬੀ ਗੀਤ ਇਦਾਂ ਸੁਣਾ ਦੇਈਏ ਕਿਸੇ ਨੂੰ ਕਿ ਅਗਲੇ ਨੂੰ ਪੰਜਾਬੀ ਗੀਤ ਚੋਂ ਨਜ਼ਾਰਾ ਆ ਜਾਵੇ ਤਾਂ ਅਸੀਂ ਸਮਝਦੇ ਆ ਕਿ ਸਾਡਾ ਕੰਮ ਹੋ ਗਿਆ ਜੀ ਤਾਂ ਕਿ ਉਹ ਉਹ ਵਧੀਆ ਗੀਤ ਸੁਣ ਲੈਣ ਇਹਦੇ ਨਾਲੋਂ ਬੜੀ ਗੱਲ ਹੋਰ ਕਿਹੜੀ ਹੋ ਸਕਦੀ ਜੀ ਹਾਂਜੀ ਇੱਕ ਮੇਰਾ ਇੱਕ ਗੀਤ ਵੀ ਆ ਜੀ ਕਿ ਦਿਲ ਤੇ ਸ਼ੀਸ਼ਾ ਇੱਕੋ ਠੋਕਰ ਦੇ ਨਾਲ ਟੁੱਟ ਜਾਂਦਾ ਕੋਈ ਵੇਰਲਾ ਹੀ ਲੱਗੀ ਯਾਰੀ ਤੋੜ ਨਪਾਉਂਦਾ ਹੈ ਸਿਆਣਾ ਬੰਦਾ ਜ਼ਹਿਰ ਨਾਲ ਵੀ ਜਾਨ ਬਚਾ ਦੇਵੇ ਜੋ ਕਮਲ ਹੈ ਸ਼ਹਿਦ ਨਾਲ ਵੀ ਮਾਰ ਮਕੋਦਾ ਹਾਂਜੀ ਹੀ ਤਾਂ ਹਰ ਕੋਈ ਪੜਦਾ ਪਰਤੀ ਜੰਮ ਨੂੰ ਡਰ ਲੱਗਦਾ ਜੰਮ ਦੇ ਪੁੱਤ ਨੂੰ ਰਾਂਝਾ ਆਖਣ ਸਾਦਾ ਹੀ ਕਰ ਲੱਗਦਾ ਪਤਾ ਇਸ਼ਕ ਦੇ ਬੂਟੇ ਨੂੰ ਫਲ ਕੌੜੇ ਲੱਗਦੇ ਨੇ ਐਸਾ ਬੂਟਾ ਕਿਹੜਾ ਆਪਣੇ ਵੇੜੇ ਲਾਉਂਦਾ ਹੈ ਕੌਣ ਲਾਉਂਦਾ ਜੀ ਨਹੀਂ ਤੋਪਾਂਗੇ ਨਾਰਿਆਂ ਦਾ ਕੋਈ ਚੱਲਦਾ ਜੋਰ ਨਹੀਂ ਸਭਣਾ ਨੂੰ ਕੁਰਬਾਨੀ ਵਾਲੀ ਚੜ੍ਹਦੀ ਲੋਰ ਨਹੀਂ ਕਿਹੜਾ ਜਾਂਦਾ ਹੈ ਜ਼ਖਮੀ ਸੱਪ ਦੇ ਮਲਮਾ ਲਾਵਣ ਲਈ ਕੌਡੀਆਂ ਦੇ ਭਾਗ ਕਿਹੜਾ ਆਪਣੀ ਜਾਣ ਗਵਾਉਂਦਾ ਹੈ ਇਹਦੇ ਚ ਆਖਰੀ ਪੈਰਾ ਸੀ ਜੀ ਕਿ ਜਿੰਨਾ ਔਖਾ ਦੇਸੀ ਕਿਉ ਪਚਾਉਣਾ ਹੁੰਦਾ ਹੈ ਹੁਣ ਦੇਸੀ ਕਿਉ ਜੇ ਕਿਸੇ ਨੇ ਪੀ ਲਿਆ ਤਾਂ ਕਹੀ ਫੜ ਲੋ ਜਾਂ ਜੰ ਦਮਾਰ ਲੱਗ ਜੂ ਹਾਂ ਜਿੰਨਾ ਔਖਾ ਦੇਸੀ ਕਿਉਂ ਪਚਾਉਣਾ ਹੁੰਦਾ ਇਹ ਉਨਾ ਹੀ ਔਖਾ ਵਧੀਆ ਗੀਤ ਚਲਾਉਣਾ ਹੁੰਦਾ ਹੈ ਲੱਚਰ ਪੁਣੇ ਵਿੱਚ ਮੰਗਲ ਆ ਜਿਹੜਾ ਕਸਰਾ ਛੱਡਦਾ ਨਹੀਂ ਮਾਂ ਬੋਲੀ ਦੀ ਸੇਵਾ ਕਰਦਾ ਹਾਂ ਫਰਮਾਉਂਦਾ ਹੈ ਸਿਆਣਾ ਬੰਦਾ ਜ਼ਹਿਰ ਨਾਲ ਵੀ ਜਾਨ ਬਚਾ ਦੇਵੇ ਜੋ ਕਮਲਾਇ ਸ਼ਹਿਦ ਨਾਲ ਵੀ ਮਾਰ ਮਪਾਉਂਦਾ ਸੋ ਇਹ ਗੱਲ ਹੈ ਜੀ ਵੀ ਜੇ ਉਹਨੂੰ ਸਹੀ ਮਾਤਰਾ ਚ ਸਹੀ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਉਹ ਫੇਰ ਹੀ ਗੁਣਕਾਰੀ ਹੋ ਸਕਦਾ ਜੀ ਹੂੰ ਹੂੰ ਪਹਿਲਾਂ ਤਾਂ ਇਹ ਦੇਖੋ ਜੀ ਤੁਸੀਂ ਜਿਹੜੇ ਸਾਡੇ ਰਿਸ਼ਤੇ ਨੇ ਪੰਜਾਬੀ ਜਿਹੜੇ ਰਿਸ਼ਤਿਆਂ ਦੇ ਨਾਂ ਨੇ ਨਾ ਸਾਡੇ ਜਿਵੇਂ ਮੰਨ ਲਓ ਅੰਗਰੇਜ਼ੀ ਚ ਅੰਕਲ ਕਹਿ ਦਿੰਦੇ ਕੰਮ ਨਿਪਟ ਗਿਆ ਹਨਾ ਜੀ ਔਰ ਸਾਡੇ ਜਿਹੜੇ ਰਿਸ਼ਤੇ ਬਣੇ ਹੋਇਆ ਉਹ ਤੁਸੀਂ ਦੇਖੋ ਜੀ ਉਹਨਾਂ ਦੀ ਕਿੰਨੀ ਮਹਾਨਤਾ ਆ ਫੁੱਫੜ ਮਾਮਾ ਚਾਚਾ ਭੂਆ ਹਨਾ ਤਾਇਆ ਤੇ ਉਹ ਉਹ ਇੱਕ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਪਾਵਰ ਰੱਖਦੇ ਆ ਮੈਂ ਨਿਕਨੇ ਗੱਲ ਸੁਣਾਉਣੀ ਹੁੰਦਾ ਜੀ ਹੈ ਤਾਂ ਚਲੋ ਥੋੜਾ ਜਿਹਾ ਹਾਸਾ ਵੀ ਚਾਹੀਦਾ ਆ ਕਿਸੇ ਦੇ ਪਰੋਹਨੇ ਦਾ ਫੋਨ ਆ ਗਿਆ ਜੀਜਾ ਜੀ ਦਾ ਕਹਿੰਦਾ ਵੀ ਕੀ ਕਰੀ ਜਾਂਦੇ ਹੋ ਉਹ ਕਹਿੰਦਾ ਜੀ ਵਿਹਲੇ ਹੀ ਆ ਅਸੀਂ ਕਹਿੰਦਾ ਵਿਹਲੇ ਕਿਉਂ ਆ ਫਿਰ ਮੈਂ ਉਹਨਾਂ ਅੱਜ ਤੁਹਾਡੇ ਵੱਲ ਚਲੋ ਜੀ ਕਹਿੰਦੇ ਪ੍ਰੋਹਣਾ ਖੇੜਾ ਰੋਜ਼ ਆਉਂਦਾ ਪ੍ਰੋਹਣੇ ਲਈ ਮੱਛੀ ਬਣਾਓ ਉਹਨਾਂ ਨੇ ਜੀ 1 ਕਿਲੋ ਮੱਛੀ ਲੈ ਆਂਦੀ ਤੇ ਉਹਨੂੰ ਅਜੇ ਤੜਕਾ ਲਾਉਣ ਹੀ ਲੱਗੇ ਸੀਗੇ ਤੇ ਉਹਨੇ ਚਰ ਨੂੰ ਫੁੱਫੜ ਦੀ ਦਾ ਫੋਨ ਆ ਗਿਆ ਫੁੱਫੜ ਜੀ ਕਹਿੰਦੇ ਵੀ ਕੀ ਕਰੀ ਜਾਂਦੇ ਹੋ ਕਹਿੰਦੇ ਵੀ ਇੱਦਾਂ ਪ੍ਰੋਹਣਾ ਸਾਹਿਬ ਆਉਣ ਲੱਗੇ ਸੀ ਉਹ ਕਹਿੰਦਾ ਵੀ ਮੈਂ ਨਹੀਂ ਪ੍ਰੋਹਣਾ ਕਿਉਂਕਿ ਫੁੱਫੜ ਪਹਿਲਾਂ ਪ੍ਰੋਹਣਾ ਹੁੰਦਾ ਮੈਂ ਵੀ ਆਉਣਾ ਕਹਿੰਦਾ ਉਹ ਕਹਿੰਦੇ ਜੀ ਚਲੋ ਹੁਣ ਮੱਛੀ ਵੀ ਲੈ ਆਂਦੀ ਆ ਤੇ ਤੜਕਾ ਵੀ ਬਣਿਆ ਪਿਆ ਤੇ ਇਹਦੇ ਜੀ ਇੱਕ ਗਲਾਸ ਪਾਣੀ ਦਾ ਹੋਰ ਪਾ ਲਓ ਤੇ ਮੁੰਡਾ ਨਲਕੇ ਤੇ ਗਿਆ ਤੇ ਤੜਕੇ ਚ ਉਹਨਾਂ ਦੇ ਮਾਮਾ ਜੀ ਦਾ ਫੋਨ ਆ ਗਿਆ ਕਹਿੰਦਾ ਵੀ ਕੀ ਕਰੀ ਜਾਂਦੇ ਹੋ ਕਹਿੰਦਾ ਅੱਜ ਜੀਜਾ ਜੀ ਤੇ ਫੁੱਫੜ ਜੀ ਆਉਣ ਲੱਗਿਆ ਕਹਿੰਦਾ ਫਿਰ ਮੈਨੂੰ ਵੀ ਛੁੱਟੀ ਆ ਮੈਂ ਵੀ ਆਉਣਾ ਤੇ ਉਹ ਮੁੰਡੇ ਨੂੰ ਕਹਿੰਦਾ ਵੀ ਭੱਜ ਕੇ ਜਾ ਇੱਕ ਗਲਾਸ ਨਲਕੇ ਤੋਂ ਹੋਰ ਲਿਆ ਪਾਣੀ ਦਾ ਤੇ ਮੱਛੀ ਚ ਹੋਰ ਪਾ ਦੇ ਹਾਂਜੀ ਤੇ ਉਹਨੇ ਚਰ ਨੂੰ ਮਾਸੜ ਜੀ ਦਾ ਫੋਨ ਆ ਗਿਆ ਕਹਿੰਦੇ ਵੀ ਕੀ ਕਰੀ ਜਾਂਦੇ ਹੋ ਹਾਂਜੀ ਕਹਿੰਦਾ ਵੀ ਅੱਜ ਪ੍ਰੋਣਾ ਸਾਹਿਬ ਫੁੱਫੜ ਜੀ ਤੇ ਮਾਮਾ ਜੀ ਆਉਣ ਲੱਗਿਆ ਕਹਿੰਦਾ ਯਾਰ ਸਾਨੂੰ ਵੀ ਛੱਡ ਲਿਆ ਕਰੋ ਕਹਿੰਦਾ ਮੈਂ ਵੀ ਆਉਣਾ ਤੇ ਉਹ ਕਹਿੰਦੇ ਵੀ ਐਦਾਂ ਕਰੋ ਵੀ ਨਲਕੇ ਤੇ ਜਾਓ ਤੇ ਇੱਕ ਗਲਾਸ ਪਾਣੀ ਦਾ ਹੋਰ ਪਾਓ ਇੰਨੇ ਚਰ ਨੂੰ ਕਿਸੇ ਦੋਸਤ ਦਾ ਫੋਨ ਆ ਗਿਆ ਕਹਿੰਦਾ ਹਾਂ ਵੀ ਕੀ ਕਰੀ ਜਾਂਦੇ ਹੋ ਉਹ ਕਹਿੰਦਾ ਸਾਡਾ ਅੱਜ ਫੁੱਫੜ ਤੇ ਸਾਡਾ ਜੀਜਾ ਤੇ ਸਾਡਾ ਮਾਸੜ ਤੇ ਸਾਡਾ ਮਾਮਾ ਆਉਣ ਲੱਗਿਆ। ਉਹ ਕਹਿੰਦਾ ਯਾਰ ਸਦਨਾ ਤਾਂ ਮੈਂ ਸੀਗਾ ਤੁਹਾਨੂੰ। ਹਾਂ। ਚੱਲ ਹੁਣ ਮੈਂ ਤੁਹਾਡੇ ਵਾਲ ਨੂੰ ਆਉਣਾ। ਹਾਂ। ਤੇ ਉਹ ਕਹਿੰਦਾ ਚਲੋ ਜੀ ਭੱਜ ਕੇ ਜਾਓ ਫਿਰ ਨਲਕੇ ਤੇ ਇੱਕ ਗਲਾਸ ਪਾਣੀ ਦਾ ਹੋਰ ਲੈ ਕੇ ਆਓ। ਆਓ। ਉਹਨੇ ਚਰ ਨੂੰ ਗਵਾਡੀਆਂ ਦਾ ਬਜ਼ੁਰਗ ਦੇਖੀ ਜਾਵੇ ਜੀ ਉਹਨਾਂ ਨੂੰ। ਹਾਂਜੀ। ਉਹ ਕਹਿੰਦਾ ਵੀ ਕਾਕਾ ਕੀ ਗੱਲ ਕਦੀ ਚੁੱਲੇ ਹੱਲ ਭੱਜ ਲੈਨੇ ਹੋ, ਕਦੀ ਨਲਕੇ ਹੱਲ ਭੱਜ ਲੈਨੇ ਹੋ, ਕਦੀ ਚੁੱਲੇ ਹੱਲ ਕਦੀ ਨਲਕੇ ਹੱਲ। ਉਹ ਕਹਿੰਦੇ ਜੀ ਸਾਡੇ ਫੁੱਫੜ, ਸਾਡਾ ਜੀਜਾ, ਸਾਡਾ ਮਾਸੜ, ਸਾਡਾ ਮਾਮਾ, ਇੱਕ ਮੇਰਾ ਦੋਸਤ ਸਾਰੇ ਆਉਣ ਲੱਗੇ ਆ। ਹਾਂ ਪਾਰਟੀ ਹੋਣ ਲੱਗੀ ਕਹਿੰਦਾ ਫਿਰ ਮੈਂ ਵੀ ਆਉਣਾ ਮੈਂ ਗੱਲਾਂ ਸੁਣਾਉਂਗਾ ਤੇ ਉਹ ਮੁੰਡੇ ਨੂੰ ਕਹਿੰਦਾ ਵੀ ਐਂ ਕਰ ਭੱਜ ਕੇ ਦੋ ਗਲਾਸ ਪਾਣੀ ਤੇ ਹੋਰ ਲੈ ਨਲਕੇ ਤੋਂ ਬਾਪੂ ਤਰੀ ਬਹੁਤ ਪੀਂਦਾ ਹੁੰਦਾ ਤੇ ਚਲੋ ਜੀ ਸਾਰੇ ਜਾਣੇ ਬਹਿ ਗਏ ਤੇ ਸਭ ਤੋਂ ਪਹਿਲਾਂ ਕਹਿੰਦੇ ਵੀ ਬਾਪੂ ਜੀ ਅੱਗੇ ਰੱਖੋ ਜੀ ਮੱਛੀ ਪਾ ਕੇ ਹੁਣ ਬਾਪੂ ਜੀ ਅੱਗੇ ਕੋਲਾ ਭਰ ਕੇ ਰੱਖਤਾ ਤਰੀ ਦਾ ਕੋਲਾ ਭਰਿਆ ਹੋਇਆ ਤੇ ਵਿੱਚ ਕਪੂਸ਼ ਜੀ ਤੁਰੀ ਫੇਰੇ ਮੱਛੀ ਦੀ ਤੇ ਬਾਪੂ ਕਹਿੰਦਾ ਵਿੱਚ ਚਮਚਾ ਫੇਰ ਕੇ ਕਹਿੰਦਾ ਪੁੱਤ ਕਹਿੰਦਾ ਮੱਛੀ ਤੈਂ ਲੱਗਦੀ ਆ ਵੀ ਜਿੰਨੇ ਪਾਣੀ ਚੋਂ ਫੜੀ ਸੀ ਤੇ ਇੰਨੇ ਚ ਹੀ ਛੜਤੀ ਆ

ਦੇ ਦੇਵਤ ਦੇਖੋ ਜੀ ਹੁਣ ਤੁਸੀਂ ਜਿਹੜੇ ਗੱਲ ਤਾਂ ਛੋਟੀ ਹੋਈ ਆ ਪਰ ਉਹਦੇ ਵਿੱਚ ਜਿਹੜੇ ਰਿਸ਼ਤੇ ਆ ਦੇਖੋ ਉਹਨਾਂ ਦੀ ਕਿੰਨੀ ਮਹਾਨਤਾ ਵਿੱਚ ਕਿੰਨੀ ਮਹਾਨਤਾ ਜੀ ਪਰ ਉਹਦਾ ਸਾਡੇ ਨਾਲ ਇਹਦੇ ਨਾਲ ਦੀ ਇੱਕ ਗੱਲ ਹੋਈ ਹੋ ਜੀ ਅੱਛਾ ਜੀ ਉਹ ਇਹ ਜੀ ਕਿ ਅਸੀਂ ਤਿੰਨਾ ਚੋਂ ਬੰਦਿਆਂ ਨੇ ਕਿਸੇ ਦੇ ਘਰ ਜਾਣਾ ਸੀ ਤੇ ਅੱਠ ਬੰਦੇ ਹੋ ਗਏ ਜੀ ਅੱਛਾ ਜੀ ਤੇ ਉਹਨਾਂ ਨੇ ਜੀ ਰੋਟੀ ਮੋਰੇ ਰੱਖ ਦਿੱਤੀ ਤੇ ਚਲੋ ਜੀ ਉਹਨਾਂ ਨੇ ਰੋਟੀ ਖਵਾ ਦਿੱਤੀ ਜੀ ਸਾਨੂੰ ਤੇ ਸਾਨੂੰ ਪਤਾ ਨਾ ਲੱਗਾ ਪਈ ਐਦਾਂ ਵੀ ਇਹ ਜੋ ਮਸਲਾ ਹੋਇਆ ਕਿਉਂ ਹੋਇਆ ਜੋ ਵੀ ਹੋਇਆ ਮੈਂ ਤੁਹਾਨੂੰ ਦੱਸਦਾ ਹੁਣੇ ਤੇ ਉਹ ਸਾਨੂੰ ਕਹਿੰਦਾ ਕਹਿੰਦਾ ਕਿੱਦਾਂ ਲੱਗਾ ਸਭ ਕੁਝ ਅਸੀਂ ਕਿਹਾ ਵੀ ਬਹੁਤ ਠੀਕ ਸਗਾ ਸਾਡੇ ਲਈ ਨਾ ਥੋੜੀ ਜਿਹੀ ਮਿਰਚ ਜ਼ਿਆਦਾ ਸੀ ਅਸੀਂ ਮਿਰਚ ਘੱਟ ਖਾਂਦੇ ਆਂ ਤੇ ਉਹ ਹੱਸਣ ਲੱ ਪਿਆ ਤੇ ਚਲੋ ਕੁਛ ਨਹੀਂ ਤੇ ਬਾਅਦ ਵਿੱਚ ਉਹਨੇ ਸਾਨੂੰ ਦੱਸਿਆ ਕਹਿੰਦਾ ਯਾਰ ਉਦਣ ਜਿਹੜੀ ਤੁਸੀਂ ਗੱਲ ਕਹੀ ਸੀ ਮਿਰਚ ਵਾਲੀ ਅੱਛਾ ਜੀ ਕਹਿੰਦਾ ਮੈਂ ਆਪਣੀ ਵਾਈਫ ਨੂੰ ਕਿਹਾ ਸੀਗਾ ਵੀ ਤੁਹਾਨੂੰ ਦੱਸਿਆ ਸੀ ਕਿ ਉਹਨਾਂ ਲਈ ਮਿਰਚਾਂ ਘੱਟ ਪਾਣੀਆਂ ਸੀ ਕਹਿੰਦੀ ਉਹ ਕਹਿੰਦੀ ਹੁਣ ਜਦ ਬੰਦੇ 4 ਤੋਂ 8 ਹੋ ਗਏ ਤਾਂ ਮੈਂ ਸਬਜ਼ੀ ਨਵੀਂ ਥੋੜੋ ਬਣਾਣੀ ਸੀ ਮੈਂ 2 ਚਮਚੇ ਵਿੱਚ ਮਿਰਚਾਂ ਦੇ ਪਾਦ ਤੇ ਬਹੁਤ ਵਧੀਆ ਜੀ ਮੌਕੇ ਦਾ ਇਹ ਤਿਹਾਰ ਜਿਹੜਾ ਅੱਜੇ ਕੰਮ ਜੀ ਹਾਂਜੀ ਐਤ ਸ ਜੀ ਇੱਕ ਇੱਕ ਨਾ ਹੋਏ ਦੀ ਗੱਲ ਆ ਜੀ ਕੋਈ ਬੰਦਾ ਖੰਡ ਲੈਣ ਚਲੇ ਗਿਆ ਜੀ ਕਿਤੇ ਉਹ ਖੰਡ ਲੈਣ ਗਿਆ ਤੇ ਕਹਿੰਦਾ ਕੀ ਪਾ ਖੰਡ ਕਹਿੰਦਾ ਵੀ ਖੰਡ ਹੈਗੀ ਆ 40 ਰੁਪਏ ਕਿਲੋ ਅੱਛਾ ਜੀ ਉਹ ਕਹਿੰਦਾ ਵੀ ਜਿਹੜਾ ਸਾਹਮਣੇ ਆ ਕਹਿੰਦਾ ਉਹ ਤਾਂ ਜਦ 20 ਰੁਪਏ ਦੇਈ ਜਾਂਦਾ ਕਹਿੰਦਾ ਫਿਰ ਉੱਥੋਂ ਲੈ ਲੈਣੀ ਸੀ ਉਹ ਕਹਿੰਦਾ ਅੱਜ ਉਹਦੇ ਕੋਲੇ ਹੈ ਨਹੀਂ ਸੀ ਉਹ ਕਹਿੰਦਾ ਅੱਛਾ ਕਹਿੰਦਾ ਮੇਰੇ ਕੋਲ ਤਾਂ ਜਿੱਦਾਂ ਹੁੰਦੀ ਨਹੀਂ ਮੈਂ ਤਾਂ 10 ਰੁਪਏ ਦੇਈ ਜਾਂਦਾ ਉਹਨੂੰ ਕਹਿੰਦਾ ਹਾਲ ਤਾਂ ਮੁੱਕ ਗਿਆ ਜੀ ਪਾਜੀ ਗੱਲ ਉਹੀ ਆ ਵੀ ਸਾਡੇ ਨਾਲ ਜੀ ਰਿਸ਼ਤੇ ਹੁਣ ਦੇਖੋ ਕੁਝ ਰਿਸ਼ਤੇ ਤਾਂ ਚਲੋ ਸ਼ਾਇਦ ਸਾਡੇ ਬਾਚੀ ਜਾਣਗੇ ਵੀ ਮਾਮਾ ਮੂਮਾ ਜੇ ਅੰਕਲ ਉੰਕਲ ਨਾਲ ਲੋਕ ਕਹਿਣ ਲੱਗੇ ਤਾਂ ਸ਼ਾਇਦ ਬਚ ਜਾਣ ਚਾਚਾ ਤਾਇਆ ਤੇ ਮਾਮੇ ਚ ਸ਼ਾਇਦ ਫਰਕ ਰਹਿ ਜਾਵੇ ਬਿਲਕੁਲ ਜੀ ਬਾ ਜਿੱਦਾਂ ਜੀ ਗਾਣਾ ਨਹੀਂ ਪਾਜੀ ਹੁਣਾਂ ਦਾ ਪਿੰਡੂ ਹੋਣ ਦੀ ਨਾ ਕਦੀ ਸੰਗ ਮੰਨੀ ਉਹਨਾਂ ਚ ਬਹੁਤ ਕੁਝ ਲਿਖਿਆ ਆਉਂਦਾ ਜੀ ਵਿੱਚ ਉਹ ਉਸ ਗੱਲ ਦੇ ਕਿਉਂਕਿ ਉਹਦੇ ਚ ਸਾਡੇ ਬਹੁਤ ਰਿਸ਼ਤੇ ਤੇ ਬਹੁਤ ਰੀਤੀ ਰਿਵਾਜ ਉਹਦੇ ਵਿੱਚ ਸਮੇਟੇ ਹੋਏ ਨੇ ਹਾਂਜੀ ਉਹੀ ਗੱਲ ਜੀ ਕਿ ਜਿਹੜਾ ਆਪਾਂ ਜੇ ਅਸੀਂ ਗੀਤਾਂ ਦੇ ਵਿੱਚ ਜਿੰਨਾ ਚਿਰ ਅਸੀਂ ਹੈਗੇ ਆ ਤੁਸੀਂ ਹੈਗੇ ਇਹ ਤੇ ਅਸੀਂ ਇਹ ਕੰਮ ਲੱਗੇ ਰਹਿਣਾ ਕਿ ਜੋ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਕੋਈ ਵਧੀਆ ਪ੍ਰਚਾਰ ਕਰਦੇ ਹੁਣ ਸਾਨੂੰ ਆਉਂਦਾ ਹੀ ਇਹ ਹੈ ਮੈਂ ਤਾਂ ਇਹੀ ਕਹਿਣਾ ਹੁੰਦਾ ਮੈਂ ਜੀ ਤੁਹਾਨੂੰ ਦੱਸਦਾ ਇੱਕ ਵਾਰੀ ਨਾ ਮੈਨੂੰ ਆਪਣੇ ਦਫ਼ਤਰੋਂ ਫੋਨ ਆਇਆ ਆਪਣੇ ਗੁਰਮੀਤ ਜੀ ਕਹਿੰਦੇ ਵੀ ਕੋਈ ਪ੍ਰੋਫੈਸਰ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ ਦਿੱਲੀ ਤੋਂ ਆਏ ਨੇ ਹਾਂ ਜੀ ਮੈਂ ਜਦੋਂ ਗਿਆ ਤੇ ਕਹਿੰਦੇ ਵੀ ਮੈਂ ਜਦੋਂ ਮੈਂ ਵੀ ਲਿਖਦਾ ਉਹ ਕਹਿੰਦੇ ਵੀ ਜਦੋਂ ਮੈਂ ਗਾਣੇ ਲਿਖਦਾ ਤੇ ਮੇਰੇ ਨਾ ਹਿੰਦੀ ਟੱਚ ਆ ਜਾਂਦਾ ਜਿਵੇਂ ਸ਼ਹਿਰੀ ਟੱਚ ਮੈਂ ਤੁਹਾਨੂੰ ਜਿਵੇਂ ਤੁਸੀਂ ਲਿਖਦੇ ਹੋ ਹਨਾ ਪੰਜਾਬੀ ਵਿਰਸਾ ਉਦੋਂ ਨਵਾਂ ਨਵਾਂ ਆਇਆ ਸੀ ਜੀ ਪੰਜਾਬੀ ਸਾਪ ਅੱਛਾ ਜੀ ਬਈ ਉਹ ਕਿੰਨਾ ਹੂੰ ਮੈਂ ਉਹਨਾਂ ਨੂੰ ਗੱਲ ਪੁੱਛੀ ਜੀ ਮੈਂ ਕਿਹਾ ਜੀ ਤੁਹਾਡੇ ਕਦੀ ਬੁੱਥੇ ਵੱਜੇ ਆ ਹਾਂ ਉਹ ਕਹਿੰਦੇ ਬੁੱਥੇ ਕੀ ਹੁੰਦੇ ਆ ਮੈਂ ਕਿਹਾ ਜਿਹੜੇ ਕਰਚੇ ਜਾਂ ਬੁੱਥੇ ਕਾਂਕ ਦੀ ਵੱਡੀ ਦੇ ਜੁੱਤੀ ਪਾਈ ਤੇ ਵੱਜ ਜਾਂਦੇ ਆ ਉਹ ਉਹ ਕਹਿੰਦੇ ਇਹ ਕਿਹੇ ਚ ਕੰਡੇ ਆ ਜਿਹੜੇ ਜੁੱਤੀ ਪਾਈ ਤੇ ਵੱਜ ਜਾਂਦੇ ਆ ਹਲਾ ਮੈਂ ਕਿਹਾ ਜੀ ਸੌਰੀ ਫਿਰ ਇਹ ਜਿਹੜੇ ਸ਼ਬਦ ਆ ਹਨਾ ਵੀ ਸਾਨੂੰ ਇਹ ਸਾਡੇ ਪਿੰਡੋਂ ਹੀ ਮਿਲੇ ਆ ਇਹ ਮੈਂ ਕਹਿ ਨਹੀਂ ਸਕਦਾ ਹੁਣ ਵੀ ਤੁਹਾਨੂੰ ਇਹ ਸਾਰੇ ਲੱਭ ਜਾਣ ਭਖੜਾ ਹਨਾ ਜੀ ਹਾਂਜੀ ਹਾਂਜੀ ਤੇ ਉਹ ਜਿਹੜੀਆਂ ਚੀਜ਼ਾਂ ਇਹ ਸਾਨੂੰ ਬਹੁਤ ਇੱਕ ਅਣਮੋਲ ਇਹ ਦਾਤ ਆ ਸਾਡੀ ਹਾਂਜੀ ਹਾਂਜੀ ਇਹ ਸਾਡੇ ਵਿਰਸੇ ਦੀ ਜਿਹੜੀ ਦਿੱਤੀ ਹੋਈ ਆ ਪਰ ਜੀ ਮੈਨੂੰ ਇਹ ਲੱਗਦਾ ਵੀ ਅਸੀਂ ਵੀ ਕਿੰਨਾ ਗਵਾ ਲਿਆ ਸਾਡੀ ਦਾਦੀ ਜਿਹੜੀ ਆ ਉਹਦੀ ਭਾਸ਼ਾ ਹੋਰ ਵੀ ਵਧੀਆ ਸੀ ਹੁਣ ਮੈਂ ਨਾ ਆਪਣੀ ਬੀਬੀ ਨਾਲ ਜਦੋਂ ਵੀ ਗੱਲ ਕਰਦਾ ਹੁੰਦਾ ਤੇ ਮੈਂ ਬੜੀਆਂ ਉਹਨੂੰ ਪੁੱਛਦਾ ਰਹਿੰਦਾ ਗੱਲਾਂ ਅਸੀਂ ਇਦਾਂ ਸੋਚਦੇ ਆ ਕਿ ਸ਼ਾਇਦ ਸਾਡੀ ਬੀਬੀ ਨੂੰ ਬਹੁਤੀਆਂ ਪੁਰਾਣੀਆਂ ਗੱਲਾਂ ਦਾ ਨਹੀਂ ਪਤਾ ਪਰ ਜੀ ਉਹ ਵੀ ਇਦਾਂ ਦੀਆਂ ਗੱਲਾਂ ਦੱਸਦੀ ਆ ਕਿ ਗਰੂਨੇ ਕੀ ਹੁੰਦੇ ਸੀਗੇ ਤੇ ਆਹ ਕੀ ਹੁੰਦਾ ਸੀਗਾ ਐਸ ਚੀਜ਼ ਨੂੰ ਆਹ ਕਹਿੰਦੇ ਸੀਗੇ ਐਸ ਪੁਰਾਣੀਆਂ ਗੱਲਾਂ ਉਹਨੂੰ ਵੀ ਬਹੁਤ ਪਤਾ ਜਿਹੜੀਆਂ ਸਾਨੂੰ ਆਪ ਨਹੀਂ ਪਤਾ ਹਾਂਜੀ ਉਹ ਸਾਡੇ ਵਿੱਚ ਜਿਹੜੀ ਚੀਜ਼ ਆਪਣੇ ਵਿੱਚ ਵਿਚਰਦੀ ਆ ਜੀ ਹਨਾ ਉਹੀ ਉਹ ਚੱਲੂ ਰਹਿ ਸਕਦੀ ਆ। ਇਹਦੇ ਬਾਰੇ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਜੀ ਉਹਨੂੰ ਪੰਜਾਬੀ ਚ ਕਰ ਲੈਨੇ ਆਪਾਂ ਸ਼ਾਇਦ ਠੀਕ ਹੋ ਜਾਵੇ। ਉਹ ਇਹ ਆ ਜੀ ਕਹਿੰਦੇ ਵੀ ਪਹਿਲਾਂ ਕਿਸੇ ਚੀਜ਼ ਬਾਰੇ ਤੁਹਾਨੂੰ ਪਤਾ ਲੱਗਦਾ। ਹਾਂਜੀ। ਫਿਰ ਤੁਸੀਂ ਉਹਦੇ ਬਾਰੇ ਗਿਆਨ ਪੈਦਾ ਕਰਦੇ ਆ। ਹਾਂਜੀ। ਫਿਰ ਤੁਹਾਨੂੰ ਉਹਦੇ ਨਾਲ ਪਿਆਰ ਹੁੰਦਾ। ਹਾਂਜੀ। ਤੇ ਸਿਰਫ ਬਚਾਅ ਸੀ ਉਸੇ ਚੀਜ਼ ਨੂੰ ਸਕਦੇ ਆ ਜਿਹਦੇ ਨਾਲ ਸਾਨੂੰ ਪਿਆਰ ਹੋਵੇ। ਹੂੰ। ਇਹਦਾ ਮਤਲਬ ਪਹਿਲਾਂ ਸਾਨੂੰ ਕਿਸੇ ਚੀਜ਼ ਬਾਰੇ ਪਤਾ ਕਰਨਾ ਬਹੁਤ ਜ਼ਰੂਰੀ ਆ। ਹਾਂਜੀ। ਤੇ ਫਿਰ ਉਹਦੇ ਬਾਰੇ ਅਧਿਐਨ ਕਰਨਾ ਬਹੁਤ ਜ਼ਰੂਰੀ ਆ ਤਾਂ ਕਿ ਸਾਨੂੰ ਉਹਦੇ ਨਾਲ ਪਿਆਰ ਹੋ ਜਵੇ। ਚਾ ਚਾ ਤੁਸੀਂ ਰੁੱਖ ਬਚਾਉਣੇ ਆ ਚਾਹੇ ਤੁਸੀਂ ਬਾਤਾਵਨ ਬਚਾਉਣਾ ਚਾਹੇ ਤੁਸੀਂ ਪੰਜਾਬ ਦਾ ਪਾਣੀ ਬਚਾਉਣਾ ਚਾਹੇ ਤੁਸੀਂ ਪੰਜਾਬ ਦੀ ਕਿਸਾਨੀ ਬਚਾਉਣੀ ਆ ਅੱਜ ਦੇਖੋ ਕਿੰਨੇ ਕਿਸਾਨ ਲੜ ਰਹੇ ਆ ਕਿਸਾਨੀ ਬਚਾਉਣ ਲਈ ਹਾਂਜੀ ਹਾਂਜੀ ਪਰ ਕੁਝ ਲੋਕ ਐਸੇ ਆ ਜਿਨ੍ਹਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ਇਦਾਂ ਲੱਗਦਾ ਵੀ ਉਹ ਉਸ ਪੰਜਾਬ ਚ ਹੀ ਨਹੀਂ ਰਹਿ ਰਹੇ। ਉਹ ਪੰਜਾਬ ਚ ਨਹੀਂ ਰਹਿ ਰਹੇ ਜੀ ਉਹਨਾਂ ਨੂੰ ਕੋਈ ਉਹਦੇ ਨਾਲ ਵਾਸਤਾ ਹੀ ਨਹੀਂ ਹੈ ਜੀ। ਹਾਂ ਉਹਨਾਂ ਨੂੰ ਹੀ ਪਹਿਲਾਂ ਪਤਾ ਕਰਨਾ ਚਾਹੀਦਾ ਇਹਦੇ ਬਾਰੇ। ਫਿਰ ਉਹਦੇ ਬਾਰੇ ਵਿਆਹਨ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਉਸ ਚੀਜ਼ ਨਾਲ ਪੰਜਾਬ ਦਾ ਜਿਹੜੇ ਕਿਸਾਨ ਆ ਤੇ ਪੰਜਾਬ ਦਾ ਜਿਹੜਾ ਕਿਸਾਨੀ ਦਾ ਇਤਿਹਾਸ ਉਹਦੇ ਨਾਲ ਪਿਆਰ ਹੋ ਜਵੇ ਉਹ ਤਾਂ ਹੀ ਉਹਨੂੰ ਬਚਾਉਣਾ ਚਾਹੂਗੇ। ਬਿਲਕੁਲ ਜੀ ਬਿਲਕੁਲ ਬਿਲਕੁਲ ਔਰ ਜਿੰਨਾ ਚਿਰ ਉਹਦਾ ਪਤਾ ਹੀ ਨਹੀਂ ਜੀ ਉਹਨੂੰ ਹਾਂ ਜਿੰਨਾ ਚਿਰ ਪਤਾ ਨਹੀਂ ਉਹਨਾਂ ਕਾਨੂੰ ਬਚਾਉਣਾ ਉਹਨੂੰ। ਹਾਂਜੀ ਉਹ ਇੱਕ ਗੱਲ ਸੁਣਾਉਂਦੇ ਹੁੰਦੇ ਆ ਜੀ ਵੀ ਹਾੜਾਂ ਦੇ ਦੌਰਾਨ ਇੱਕ ਪੜ੍ਹੀ ਲਿਖੀ ਖੇਤੀਬਾੜੀ ਮੰਤਰੀ ਹੈ ਨਾ ਜੀ ਉਹ ਚਲੇਗੀ ਬਰਬਾਦ ਹੋਈਆਂ ਫਸਲਾਂ ਦਾ ਮੌਇਨਾ ਕਰਨ ਤੇ ਜਦੋਂ ਉਹਨੇ ਪੁੱਛਿਆ ਜੀ ਵੀ ਇੱਕ ਕਿਸਾਨ ਕਹਿੰਦਾ ਜੀ ਮੇਰੀ 4 ਕਿੱਲੇ ਨਾ ਮਿਰਚਾਂ ਮੇਰੀਆਂ ਰੁੜ ਗਈਆਂ ਜੀ ਤਾਂ ਉਹ ਆਪਣੇ ਸੈਕਟਰੀ ਨੂੰ ਪੁੱਛਦੀ ਆ ਵੀ ਮਿਰਚਾਂ ਦਾ ਕੀ ਭਾਅ ਹੋ ਕਹਿੰਦਾ ਜੀ ਜਿਹੜੀਆਂ ਹਰੀਆਂ ਮਿਰਚਾਂ ਉਹ 3 ਰੁਪਏ ਕਿੱਲੋ ਆ ਉਹ ਕਹਿੰਦੀ ਤੇ ਲਾਲ ਉਹ ਕਹਿੰਦੇ ਜੀ ਉਹ 30 ਰੁਪਏ ਖੇਲੋ ਆ ਉਹਨੂੰ ਕਹਿੰਦੀ ਵੀ ਤੁਸੀਂ ਬੇਵਕੂਫਾਂ ਸਿੱਧੀਆਂ ਲਾਲ ਹੀ ਬੀਜਿਆ ਕਰੋ ਹਰੀਆਂ ਕਿਉਂ ਨਹੀਂ ਆਣ ਨਹੀਂ ਹਾਂਜੀ نو یہ گل ہے ਵੀ ਜਿੰਨਾ ਚਿਰ ਉਹਦਾ ਪੂਰਾ ਪਤਾ ਨਹੀਂ ਗਿਆ ਉਹਦੇ ਬਾਰੇ ਦਰਦ ਨਹੀਂ ਮਹਿਸੂਸ ਹੋ ਸਕਦਾ ਵੀ ਕੀ ਹਾਂ ਦਰਦ ਨਹੀਂ ਹਾਂ ਸਾਡਾ ਸਮਾਂ ਤਾਂ ਉੜਦਾ ਲੰਘਿਆ ਜੀ ਤੇ ਹੁਣ ਇਦਾਂ ਕਰੋ ਮਹਾਰਾਜ ਇੱਕ ਤੁਹਾਡੀ ਨਾ ਬਹੁਤ ਵਧੀਆ ਕਵਿਤਾ ਆ ਸੱਜਣਾ ਦਾ ਖੂ ਵਾਹ ਜੀ ਵਾਹ ਹਾਂ ਜੀ ਵਾਹ ਪਹਿਲਾਂ ਵੀ ਮੈਂ ਕਈ ਵਾਰੀ ਸੁਣੀ ਆ ਤੇ ਜਿੰਨੀ ਵਾਰ ਵੀ ਸੁਣੀ ਦੀ ਆ ਤੇ ਉਹਦੇ ਵਿੱਚੋਂ ਫਿਰ ਬਿਲਕੁਲ ਪੰਜਾਬੀ ਵਿਰਸਾ ਉਹਦੇ ਵਿੱਚੋਂ ਵੀ ਬਹੁਤ ਦਿਸਦਾ ਤੇ ਇੱਕ ਵਾਰ ਫਿਰ ਪੰਜਾਬੀ ਵਿਰਸੇ ਦਾ ਨਖਾਰ ਲਿਆ ਦਿਓ ਤੇ ਉਹ ਕਵਿਤਾ ਸਾਨੂੰ ਸੁਣਾਓ ਜੀ ਇਹ ਗੱਲ ਉੱਥੇ ਹੀ ਆ ਜਾਂਦੀ ਹੈ ਜੀ ਰਵਾਨਗੀ ਤੇ ਫਿਰ ਕਿਉਂਕਿ ਇਹ ਗੀਤ ਸੁਣ ਕੇ ਐ ਲੱਗਦਾ ਵੀ ਜਿਵੇਂ ਹਰ ਕਿਸੇ ਨੂੰ ਐ ਲੱਗੂ ਕਿ ਮੇਰੀ ਗੱਲ ਆ ਤਾਂ ਮੈਂ ਵੀ ਲਿਖ ਲੈਣਾ ਸੀਗਾ ਹਾਂ ਮੈਂ ਵੀ ਇਦਾਂ ਹੀ ਬੋਲ ਲੈਣਾ ਸੀ ਕਿਉਂਕਿ ਜੇ ਇਹ ਮੈਨੂੰ ਮੇਰੀ ਕਹਾਣੀ ਲੱਗਦੀ ਆ ਤਾਂ ਇਹ ਹਰ ਜਿਹੜਾ ਵੀ ਸਾਡੇ ਪਿੰਡੂ ਸੱਭਿਆਚਾਰ ਦੇ ਨਾਲ ਜੁੜਿਆ ਉਹਨੂੰ ਆਪਣੀ ਕਹਾਣੀ ਲੱਗੂਗੀ ਹਾਂਜੀ 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 ਤੇ ਸੁਣੋ ਜੀ ਫਿਰ ਸੱਜਣਾ ਦਾ ਖੂ ਹਾਂਜੀ ਸ਼ੀਸ਼ਿਆਂ ਦੇ ਸ਼ਹਿਰ ਵਿੱਚ ਬੜੀ ਐ ਸਫਾਈ ਯਾਰੋ ਸਾਰੇ ਹੀ ਪੰਜਾਬੀ ਵੀਰ ਹੱਕ ਦੀ ਕਮਾਉਂਦੇ ਨੇ ਜਿਨ੍ਹਾਂ ਤੇ ਤਿਹਾਰਾਂ ਨੂੰ ਵੀ ਇੱਕ ਦੂਜੇ ਨਾਲ ਰਲ ਮਿਲ ਕੇ ਮਨਾਉਂਦੇ ਨੇ ਇੰਨੀ ਮੌਜ ਹੁੰਦੇ ਹੋਏ ਤਾਂ ਉਹ ਪੰਜਾਬ ਵਾਲੀ ਖੌਰੇ ਕਿਉਂ ਸਤਾਉਂਦੀ ਏ ਜਿਹਦੇ ਉੱਤੇ ਬੈਠ ਕੇ ਸੀ ਚੂਪੇ ਕਦੀ ਪੋਨੇ ਗਨੇ ਘਾ ਨਾਲ ਪਰਿ ਉਹ ਵਾਟ ਯਾਦ ਆਉਂਦੀ ਏ ਬੋਧਿਆਂ ਨੂੰ ਵਾਹ ਲੈਣਾ ਕੰਮਾਂ ਨੂੰ ਮਕਾ ਲੈਣਾ ਖੂ ਉੱਤੇ ਆਉਂਦੇ ਸੀ ਸਾਰਿਆਂ ਨੇ ਰਾਲ ਮੈਲ ਉੱਥੇ ਤਾਸ਼ ਕੁੱਟਣੀ ਤੇ ਉੱਥੇ ਪੈਗ ਲਾਉਂਦੇ ਸੀ 2000 ਪੈਗ ਲਾ ਸਰੂਰ ਜਦੋਂ ਚੜ੍ਹਾ ਦੇਣਾ ਤੇ ਕੰਨ ਉੱਤੇ ਹੱਥ ਤਾਰ ਮਾਨਕ ਨੂੰ ਗਾਉਂਦੇ ਸੀ ਲਿਹਾਈ ਮਜਬੂਰੀ ਪਿੰਡ ਆਪਣੇ ਤੋਂ ਦੂਰ ਸਾਨੂੰ ਤੂਤਾਂ ਵਾਲੇ ਖੂ ਨੂੰ ਕਦੋਂ ਛੱਡ ਆਉਣਾ ਚਾਹੁੰਦੇ ਸੀ ਇੱਟਾਂ ਦਾ ਬਣਾ ਕੇ ਚੁੱਲਾ ਛਟੀਆਂ ਦੀ ਬਾਲ ਅੱਗ ਚਾਹ ਤਾਰ ਲੈਂਦੇ ਸੀ ਜੇ ਹਵਾ ਦੋ ਜਾਣੇ ਪੰਦੀ ਫੜ ਚੁੱਲੇ ਦੇ ਦਿਵਾਲੀ ਓਟ ਜਹੀ ਕਰ ਲੈਂਦੇ ਸੀ ਬਾਟੀਆਂ ਚ ਚਾਹ ਪੀਣੀ ਆ ਚਾਰ ਨਾਲ ਰੋਟੀ ਖਾਣੀ ਬੜੇ ਹੀ ਨਜ਼ਾਰੇ ਸੀ ਓਏ ਕਾਲੀ ਹੋਈ ਪਤੀਲੀ ਨੂੰ ਬਾਰੋ-ਬਾਰੀ ਮਾਂਜਦੇ ਸੀ ਕਿੰਨੇ ਸੋਹਣੇ ਦਿਨ ਸੀ ਓ ਮੌਸਮ ਪਿਆਰੇ ਸੀ ਅੱਜ ਵੀ ਖੂਦ ਹੀ ਮੌਣ ਤੇ ਘੁੰਮਦੀ ਰਹਿੰਦੀ ਸਾਡੀ ਰੂਹ ਬੱਲੇ ਓਏ ਸੱਜਣਾ ਦਾ ਖੂ ਸ਼ਾਵਾ ਓਏ ਸੱਜਣਾ ਦਾ ਖੂ ਜੀ ਕਰਦਾ ਕਿ ਟਿਕ ਟਿਕਟਾਈਏ ਛੇਤੀ ਆਪਣੇ ਪਿੰਡ ਨੂੰ ਜਾਈਏ ਪਰ ਮਜਬੂਰੀ लाਟ ਵਾਂਗਰਾ ਦਵੇ ਕਾਲ ਜਾਂ ਲੂ ਬੱਲੇ ਓਏ ਸੱਜਣਾ ਦਾ ਖੂ ਸ਼ਾਵਾ ਓਏ ਸੱਜਣਾ ਦਾ ਖੂ ਆਪਣੇ ਵਤਨੀ ਮੋਜ ਜੋ ਮਾਣੀ ਆਪਣੇ ਵਤਨੀ ਮੋਜ ਜੋ ਮਾਣੀ ਮੋੜਨਾ ਲੱਭੀ ਹੋ ਮਰ ਜਾਣੀ ਨਾ ਲੱਭੇ ਉਹ ਸੱਤ ਤਰੰਜਣ ਨਾ ਕੋਇਲਾ ਦੀ ਕੂ ਬੱਲੇ ਓਏ ਸੱਜਣਾ ਦਾ ਖੂ ਸ਼ਾਵਾ ਓਏ ਸੱਜਣਾ ਦਾ ਖੂ ਓਏ ਸੋਹਣੀ ਸਾਡੀ ਹੀਰ ਨਾਲ ਦੀ ਸੋਹਣੀ ਸਾਡੀ ਹੀਰ ਨਾਲ ਦੀ ਹੋਊ ਗਵਾਚਿਆ ਚਾਖਪਾਲ ਦੀ ਭੁੱਲ ਕੀਤੀ ਅਸੀਂ ਛੜਤੀ ਮੰਗਲਾ ਪੈੰਡ ਹਠੂੜ ਦੀ ਜੂ ਬੱਲੇ ਓਏ ਸੱਜਣਾ ਦਾ ਖੂ ਚਾਵਾਂਏ ਸੱਜਣਾ ਦਾ ਖੂਹ ਸੋਹਣਿਓ ਸੱਜਣੋਂ ਗੱਲ ਸੁਣਾਈਏ ਅਸੀਂ ਖੂਹ ਪੀਣੇ ਨਹੀਂ ਰਹਿ ਨਾ ਪਾਈਏ ਸੁੱਤੇ ਹੋਈਏ ਵਿੱਚ ਪਰਦੇਸਾ ਸੁਪਨੇ ਵਿੱਚ ਉਸ ਖੂਹ ਤੇ ਜਾਈਏ ਉਹੀ ਸੱਜਣ ਉਹੀ ਮਿੱਤਰ ਸਾਰਿਆਂ ਨੂੰ ਅਸੀਂ ਫੇਰ ਬੁਲਾਈਏ ਇੱਟਾਂ ਦਾ ਬਣਾ ਕੇ ਚੁੱਲਾ ਛਟੀਆਂ ਦਾ ਵਿੱਚ ਰੁਗ ਪਰ ਲਾਈਏ ਸਾਰੇ ਸ਼ਰਬਤ ਭੁੱਲ ਜਾਂਦੇ ਨੇ ਜਦ ਪਾਣੀਏ ਦਾ ਮੂੰਹ ਨੂੰ ਲਾਈਏ ਰੋਟੀ ਉੱਤੇ ਅੰਬ ਦੀ ਫਾੜੀ ਪੀਜੇ 버ਗਰ ਝੱਟ ਭਲਾਈਏ ਮਾਂਜ ਪਤੀਲੀ ਕਾਲੀ ਹੋਈ ਹੰਝੂਆਂ ਦੇ ਨਾਲ ਧੋਤੇ ਜਾਈਏ ਫਿਰ ਜਦ ਬੋਤਲ ਖੋਲ ਜਾਂਦੀ ਏ ਸਾਰੀ ਦੁਨੀਆ ਭੁੱਲ ਜਾਂਦੀ ਏ ਦੋ ਪੈਗ ਲਾ ਕੇ ਸੱਜਣ ਮਿੱਤਰ ਰਾਂਝੇ ਤੇ ਮਦਨੂ ਖਵਾਈਏ ਕ ਹੋਏ ਹਥਿਆਰ ਬਖਾਈਏ ਪਿੰਡ ਵਿੱਚ ਵੈਰੀ ਵੜ ਨੀ ਦੇਣੀ ਹੱਥ ਤੇ ਹੱਥ ਤਰ ਕਸਮਾਂ ਖਾਈਏ ਭੈਣ ਦੀ ਰਖੜੀ ਮਾਂ ਦੀ ਲੋਰੀ ਬਾਲੇ ਸਾਰੇ ਫਰਜ਼ ਨਿਭਾਈਏ ਫੇਰ ਜਦੋਂ ਅੱਖ ਖੋਲ ਜਾਂਦੀ ਏ ਸਾਰੀ ਦੁਨੀਆ ਭੁੱਲ ਜਾਂਦੀ ਓਏ ਪਿੰਜਰੇ ਵਾਲੇ ਤੋਤੇ ਵਾਂਗੂ ਬਾਹਰ ਬਾਹਰ ਬੈਠੇ ਪਿਸਤਾਈਏ ਬੀਤੀ ਹੋਈ ਹਰ ਗੱਲ ਸਾਡੇ ਪਾਏ ਕਾਲ ਜੇ ਤੂੰ ਬੱਲੇ ਓਏ ਸੱਜਣਾ ਦਾ ਖੂ ਸ਼ਾਬਾ ਓਏ ਸੱਜਣਾ ਦਾ ਖੂ ਇਸ ਖੂਹੇ ਦੀ ਮੌਣ ਹਾਨਿਓ ਕਈ ਸੋ ਸਾਲ ਪੁਰਾਣੀ ਇਹਦੀਆਂ ਟਿੰਡਾਂ ਵਿੱਚੋਂ ਗੂੰਜੇ ਬਾਬਿਆਂ ਵਾਲੀ ਬਾਣੀ ਇੱਥੇ ਪੂਰਨ ਨੂੰ ਛਟਵਾ ਗਈ ਵੱਢ ਕੇ ਲੂਣਾ ਰਾਣੀ ਇਹ ਕੁ ਮਜਨੂ ਤੋਂ ਗੜਵਾਇਆ ਲੈਲਾ ਹੋਈ ਜਵਾਨੀ ਇੱਥੇ ਪਿਓ ਨੇ ਹਲਵਾਇਆ ਲਿਆਈ ਰੋਟੀ ਮਾਸਵਾਣੀ ਇਹਦੇ ਚਾਰੇ ਪਾਸੇ ਵਾਲੀ ਆ ਇੱਕ ਪਿਆਰ ਦੀ ਤਾਣੀ ਇੱਥੇ ਹੀ ਬੈ ਕੇ ਚਰਖਾ ਕੱਤਿਆ ਹਰ ਇੱਕ ਧੀ ਧਿਆਣੀ ਇੱਥੇ ਹੀ ਦਿਲ ਦਾ ਹਾਲ ਸੁਣਾ ਗਈ ਦਿਲ ਸਾਡੇ ਦੀ ਰਾਣੀ ਓਏ ਹਠੂਰ ਦਾ ਮੰਗਲ ਲੇਖਕ ਬਣ ਗਿਆ ਪੀਸ ਖੂ ਦਾ ਪਾਣੀ ਇੱਥੇ ਹੀ ਸਾਡਾ ਰਾਮ ਤੇ ਇਸਾ ਇੱਥੇ ਹੀ ਅੱਲਾਹੂ ਬੱਲੇ ਓਏ ਸੱਜਣਾ ਦਾ ਖੂ ਸ਼ਾਵਾ ਓਏ ਸੱਜਣਾ ਦਾ ਖੂ ਬੱਲੇ ਓਏ ਸੱਜਣਾ ਦਾ ਖੂ ਸ਼ਾਵਾ ਓਏ ਸੱਜਣਾ ਦਾ ਖੂ ਵਾਹ ਜੀ ਵਾਹ ਕਮਾਲ ਮੰਗਲ ਜੀ ਕਮਾਲ ਬਹੁਤ-ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਇੱਕ ਵਾਰ ਮੇਰੇ ਵੱਲੋਂ ਵੀ ਸਾਰੇ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡੀਆਂ ਇਹ ਗੱਲਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਹੜੀਆਂ ਦਿਲ ਚੋਂ ਅੰਦਰੋਂ ਗੱਲਾਂ ਕੱਢ ਲੈਂਦੇ ਹੋ ਜੀ ਲੁਕੀਆਂ ਹੋਈਆਂ ਨਹੀਂ ਬਹੁਤ ਵਧੀਆ ਲੱਗਾ ਜੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਪੰਜਾਬੀ ਪੌਡਕਾਸਟ ਨੂੰ ਸੁਣਨ ਲਈ ਬਹੁਤ-ਬਹੁਤ ਧੰਨਵਾਦ ਅਸੀਂ ਹਰ ਹਫ਼ਤੇ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਆਂ ਪੰਜਾਬੀ ਪੌਡਕਾਸਟ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜਿੰਨਾ ਵੀ ਹੋ ਸਕਦਾ ਸ਼ੇਅਰ ਕਰੋ ਸਾਨੂੰ ਹੱਲਾਸ਼ੇਰੀ ਦਿੰਦੇ ਰਹੋ ਤਾਂ ਕਿ ਸਾਡੇ ਹੌਂਸਲੇ ਬੁਲੰਦ ਰਹਿਣ ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤਦ ਤੱਕ ਲਈ ਅੱਗਿਆ ਤੇ ਉਹ ਸੰਤਾਰ ਵੱਲੋਂ ਸਭ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ